ਸਸਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜਛਾਂ ਦਾ ਖਾਸ ਪ੍ਰੋਗਰਾਮ ਦੇਖ ਰਹੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਖਾਸ ਮਸਲਿਆਂ ਦੇ ਉੱਤੇ ਕਰਾਂਗੇ ਗੱਲਬਾਤ ਰਹੇਗੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵਾਰ ਫਿਰ ਟਵਿੱਟਰ ਬਲਾਸਟ ਕੀਤਾ ਗਿਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਪੱਛਮੀ ਬੰਗਾਲ ਦੀ ਵਿੱਚ ਮਮਤਾ ਬੇਨਰਜੀ ਦੇ ਖਿਲਾਫ ਭਾਜਪਾ ਦੇ ਵੱਲੋਂ ਸ਼ਵਿੰਦੂ ਅਧਿਕਾਰੀ ਨੂੰ ਉਤਾਰ ਦਿੱਤਾ ਗਿਆ ਹੈ ਉਸ ਦੇ ਬਾਰੇ ਗੱਲਬਾਤ ਤੇ ਹੋਰ ਵੱਡੇ ਮਸਲੇ ਜਿਸਤੇ ਵਿੱਚ ਥੱਪੜकांड ਅੰਮ੍ਰਿਤਸਰ ਦੇ ਵਿੱਚ ਵਾਪਰਿਆ ਉਸ ਦੀ ਵੀ ਗੱਲਬਾਤ ਕਰਾਂਗੇ ਵਕ-ਵਕ ਮਸਲਿਆਂ ਦੇ ਨਾਲ ਕੋਵਿਡ ਦੇ ਬਾਰੇ ਵੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਰਹੀ ਕਿ ਸਭ ਤੋਂ ਪਹਿਲਾਂ ਦਾਲਾ ਸਾਹਿਬ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਬਾਲ ਪਤਾਗੇ ਦਾਲਾ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਗਗਨਜੀਤ ਜੀ ਔਰ ਤੁਸੀਂ ਮੈਨੂੰ ਲੱਗਦਾ ਕਿਸਾਨ ਅੰਦੋਲਨ ਕਹਿਣਾ ਭੁੱਲ ਗਏ ਕਿਉਂਕਿ ਬਹੁਤ ਵੱਡੀ ਗੰਟੀ 'ਚ ਕਿਸਾਨ ਪਹੁੰਚੇ ਨੇ ਦਿੱਲੀ ਡੇਲਾ ਸਾਹਿਬ ਉਧਰ ਪਾਸ ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਤਾਂ ਨਹੀਂ ਲੈਂਦੇ ਪਰ ਗ੍ਰਹਿ ਮੰਤਰੀ ਦਾ ਜੇਕਰ ਇਸ ਦੇ ਵਿੱਚ ਫੇਰਾ ਆ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਵੀ ਦੱਸ ਦਈਏ ਕਿ ਜਿਹੜਾ ਇੱਕ ਅਨੁਸ਼ਾਸਨੀ ਕਾਰਵਾਈ ਦੀ ਮੰਗ ਤਿੰਨ ਕੈਬਨਿਟ ਮੰਤਰੀਆਂ ਨੇ ਪੰਜਾਬ ਦੇ ਆਲੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੀਤੀ ਹੈ ਹਾਈ ਕਮਾਂਡ ਤੋਂ ਜਿਨ੍ਹਾਂ ਦੇ ਵਿੱਚ ਸੁੰਦਰ ਸ਼ਾਮ अरोड़ा ਨੇ ਤੇ ਉਧਰ ਦੂਜੇ ਪਾਸੇ ਸਾਧੂ ਸਿੰਘ ਧਰਮਸੋਧ ਨੇ ਇਹਨਾਂ ਨੇ ਕਿਹਾ ਕਿ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ ਕਿਦਾਂ ਵਿਖਰੇ ਉਹਨੂੰ ਡਲੱਸ ਦੇਖੋ ਇਹ ਬਹੁਤ ਵੱਡੀ ਤੁਸੀਂ ਗੱਲ ਕੀਤੀ ਹੈ ਕਗਨ ਕਿ ਸਾਧੂ ਸਿੰਘ ਧਰਮਸੋਧ ਔਰ ਸੁੰਦਰ ਸ਼ਾਮ अरोड़ा ਇਹ ਕਹਿੰਦੇ ਪੰਜਾਬ ਸਰਕਾਰ ਖਿਲਾਫ ਬੋਲ ਰਹੇ ਨੇ ਅਸਲ 'ਚ ਉਹ ਤਾਂ ਇਹ ਕਹਿ ਰਹੇ ਨੇ ਕਿ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਸਿੱਧੂ ਇਹ ਵੀ ਕਹਿ ਸਕਦਾ ਵੀ ਇਹ ਤਾਂ ਇੰਟਰਨਲ ਡੈਮੋਕ੍ਰੇਸੀ ਆ ਕਾਂਗਰਸ ਦੀ ਕਿ ਅਸੀਂ ਖੁੱਲ ਕੇ ਗੱਲ ਕਰ ਸਕਦੇ ਆ ਦੇਖੋ ਕਾਂਗਰਸ ਦੇ ਅੰਦਰ ਜੀਤ 22 ਬਣਿਆ ਫਿਰਦਾ ਨਾ ਹਾਈ ਕਮਾਂਡ ਨੇ ਉੱਤੇ ਤਾਂ ਕਾਰਵਾਈ ਨਹੀਂ ਕੀਤੀ ਉਹ ਵੱਖਰੀ ਮੀਟਿੰਗ ਕਰ ਗਿਆ ਅਸੰਤੁਸ਼ਟ ਧੜਾ ਉਧਰ ਚੋਣਾਂ ਦਾ ਮਾਹੌਲ ਸੀ ਪੰਜ ਸੂਬਿਆਂ ਦੀ ਉਧਰ ਜੀਤ 22 ਆਪਣੀ ਮੀਟਿੰਗ ਕਰ ਗਿਆ ਉਹ ਕੀ ਸੀ ਸਿੱਧੂ ਦਾ ਟਵੀਟ ਵੀ ਉਹੀ ਆ ਸੋ ਮੈਨੂੰ ਤਾਂ ਇਹ ਲੱਗਦਾ ਸਗੋਂ ਦੀ ਕਿ ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ अरोड़ा ਜਿਹੜੇ ਬਿਆਨ ਦੇ ਰਹੇ ਨੇ ਇਹਨਾਂ ਦੇ ਉੱਤੇ ਨਾ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਜੇ ਹੈ ਗਗਨ ਬਿਲਕੁਲ ਮੈਨੂੰ ਇਹ ਲੱਗਦਾ ਇਹ ਕੰਮ ਇਹਨਾਂ ਦੋਹਾਂ ਲੀਡਰਾਂ ਲਈ ਸਿਆਸੀ ਉਲਝਾਵ ਵਾਲਾ ਦਾ ਬਣ ਜੇ ਤੁਸੀਂ ਦੱਸੋ ਸਰਕਾਰ ਨੇ ਕਿਹਾ ਕਿ ਅਸੀਂ ਇਨਸਾਫ ਦਵਾਂਗੇ ਤੇ ਸਿੱਧੂ ਕਹਿੰਦਾ ਇਨਸਾਫ ਦਓ ਕਿਉਂ ਨਹੀਂ ਦੇ ਰਹੇ ਇਹ ਕੱਲਾ ਸਿੱਧੂ ਨਹੀਂ ਇਹ ਤਾਂ ਲੋਕ ਵੀ ਪੁੱਛਦੇ ਨੇ ਸੋ ਇਹ ਸਿਆਸੀ ਮਸਲਾ ਬਣ ਗਿਆ ਇਸ ਵਕਤ ਤੁਸੀਂ ਮੈਨੂੰ ਦੱਸੋ ਕਾਂਗਰਸ ਦੇ ਲੀਡਰ 2017 ਦੀਆਂ ਚੋਣਾਂ ਤੋਂ ਪਹਿਲਾਂ ਵੀਡੀਓ ਪਈਆਂ ਨੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਿਆ ਰਹਿੰਦਾ ਆ YouTube ਦੇ ਉੱਤੇ ਸਰਚ ਮਾਰੋ ਸਾਰੀਆਂ ਵੀਡੀਓਜ਼ ਨਿਕਲਿਆਉਣਗੀਆਂ ਕਾਂਗਰਸ ਵਾਲਿਆਂ ਦੀ ਅਕਾਲੀ ਦਲ ਨੂੰ ਕਿਵੇਂ ਨਿੰਦਦੇ ਸੀ ਅਕਾਲੀ ਦਲ ਨੂੰ ਬੜਾ ਨਿੰਦਿਆ ਇਹਨਾਂ ਨੇ ਲੋਕਾਂ ਨੂੰ ਭਰੋਸਾ ਹੋ ਗਿਆ ਵੀ ਲੈ ਇਹ ਆ ਕੇ ਇਨਸਾਫ ਦੇਣਗੇ ਤੇ ਹੁਣ ਕਹਿੰਦੇ ਸਿੱਧੂ ਟਵੀਟ ਕਿਉਂ ਕਰਦਾ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਮੁੱਦਾ ਬਹੁਤ ਵੱਡਾ ਬਣ ਗਿਆ ਜਿੰਨਾ ਨੁਕਸਾਨ ਇਨਸਾਫ ਨਾ ਦੇਣ ਕਰਕੇ ਅਕਾਲੀ ਦਲ ਦਾ ਹੋਇਆ ਗਗਨ ਮੈਨੂੰ ਲੱਗਦਾ ਓਡਾ ਹੀ ਨੁਕਸਾਨ ਇਨਸਾਫ ਨਾ ਦੇਣ ਕਰਕੇ ਕਾਂਗਰਸ ਦਾ ਹੋ ਜਾਣਾ ਹੈ ਪੰਜਾਬ 'ਚ ਪੰਜਾਬ 'ਚ ਕਾਂਗਰਸ 'ਚ ਭਾਵੇਂ ਕੋਈ ਵੀ ਆ ਮੂਰੇ ਏ ਬੀ ਸੀ ਡੀ ਈ ਐਫ ਜੀ ਐਚ ਇਸ ਮਸਲੇ ਤੇ ਅਗਰ ਕਾਂਗਰਸ ਇਨਸਾਫ ਨਾ ਦੇ ਸਕੀ ਕਾਂਗਰਸ ਦਾ ਨੁਕਸਾਨ ਹੋ ਜਾਣਾ ਕਿਉਂਕਿ ਲੋਕ ਤਾਂ ਇਨਸਾਫ ਦੀ ਮੰਗ ਲਈ ਵੋਟਾਂ ਪਾਉਂਦੇ ਸੀ ਨੁਕਸਾਨ ਕਿਵੇਂ ਹੋ ਜਾਣਾ ਹੈ ਕਾਂਗਰਸ ਦਾ ਲੋਕਾਂ ਨੇ ਜਿਹੋ ਜਿਹਾ ਰਵਈਆ ਅਕਾਲੀ ਦਲ ਨੇ ਰੱਖਿਆ ਉਹੋ ਜਿਹਾ ਕਾਂਗਰਸ ਲਈ ਰੱਖ ਲੈਣਗੇ। ਅਕਾਲੀ ਦਲ ਨੂੰ ਲੋਕਾਂ ਨੇ ਇਸੇ ਕਰਕੇ ਵੋਟਾਂ ਨਹੀਂ ਨਾ ਪਾਈਆਂ ਨਹੀਂ ਤਾਂ ਨਹੀਂ ਤਾਂ ਸੁਖਬੀਰ ਤੇ ਬਾਦਲ ਦੇ ਰਾਜ ਦੇ ਵਿੱਚ ਵਿਕਾਸ ਤਾਂ ਚੰਗਾ ਹੋਇਆ ਸੀ। ਹਾਂ ਠੀਕ ਹੈ ਰੇਤ ਮਾਫੀਆ ਸ਼ਰਾਬ ਮਾਫੀਆ ਸੁਖਬੀਰ ਨਹੀਂ ਕੰਟਰੋਲ ਕਰ ਸਕਿਆ ਫੇਲ ਹੋ ਗਿਆ ਸੁਖਬੀਰ। ਰੋਜ਼ਗਾਰ ਦੇ ਓਡੇ ਸਾਧਨ ਨਹੀਂ ਪੈਦਾ ਕਰ ਸਕਿਆ ਬਿਜਲੀ ਮਹਿੰਗੀ ਕਰ ਗਿਆ ਬਿਜਲੀ ਸਸਤੀ ਹੋਣੀ ਚਾਹੀਦੀ ਸੀ। ਅਬ ਪ੍ਰਾਈਵੇਟ ਕੰਪਨੀਆਂ ਦਾ ਪਾਵਰ ਪਰਚੇਜ਼ ਐਗਰੀਮੈਂਟ ਜਿਹਨੂੰ ਕਹਿੰਦੇ ਨੇ ਉਹ ਬਹੁਤ ਮਹਿੰਗੇ ਕਰ ਗਿਆ ਸੁਖਵੀਰ ਸੁਖਵੀਰ ਤਾਂ ਕਹਿੰਦਾ ਸੀ ਸਾਡੇ ਕੋਲੇ ਸਰਪਲਸ ਬਿਜਲੀ ਆ ਪਾਕਿਸਤਾਨ ਨੂੰ ਭੇਜਾਂਗੇ ਅਸੀਂ ਸਿਲੰਡਰ ਆਕਸੀਜਨ ਦੇ ਪਾਕਿਸਤਾਨ ਤੋਂ ਮੰਗੀ ਜਾਂਦੇ ਆ ਸਾਡੀਆਂ ਸਥਿਤੀਆਂ ਦੇਖ ਲਓ ਆਪਣੀ ਵੀ ਕਹਿੰਦੇ ਸਿਆਣੇ ਕਹਿੰਦੇ ਆਪਣੇ ਮੰਜੇ ਹੇਠਾਂ ਵੀ ਸੋਟਾ ਫੇਰ ਲੈਣਾ ਚਾਹੀਦਾ ਇਸ਼ਤਿਹਾਰਾਂ 'ਚ ਦਾਅਵੇ ਹੁੰਦੇ ਨੇ ਉਦਯੋਗ ਲਈ 5 ਰੁਪਏ ਬਿਜਲੀ ਕਿਹੜੇ ਉਦਯੋਗ ਲਈ ਆ 5 ਰੁਪਏ ਬਿਜਲੀ ਉਨਾਲ ਦੇ ਉਦਯੋਗਾਂ ਦੇ ਨਾਮ ਤੇ ਲਿਸਟ ਵੀ ਦੱਸ ਦਿਓ ਵੀ ਭਾਈ 10000 ਉਦਯੋਗ ਆ ਪੰਜਾਬ ਚ ਜਿਹਨੂੰ ਅਸੀਂ 5 ਰੁਪਏ ਯੂਨਿਟ ਵਸੂਲ ਰਹੇ ਹਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਅਕਾਲੀ ਦਲ ਦੇ ਰਾਜ ਚ ਵੀ ਬੜਾ ਹੁੰਦਾ ਸੀ ਵੀ ਸਾਈਕਲਾਂ ਦੀ ਸਨਤ ਆ ਗਈ ਚੀਨ ਦੌਰਾ ਕਰਿਆਏ ਦੁਬਈ ਜਾਏ ਸਾਈਕਲ ਵੈਲੀ ਬਣੂਗੀ ਬੜਾ ਕੁਝ ਬਣਾ ਦੇਾਂਗੇ ਰੋਜ਼ਗਾਰ ਦੇ ਸਾਧਨ ਆ ਜਾਣਗੇ ਤਾਂ ਹੀ ਸੁਖਬੀਰ ਨੂੰ ਨਹੀਂ ਵੋਟਾਂ ਪਾਈਆਂ ਮੁੜ ਕੇ ਆ 2015 ਚ ਕੋਟਕਪੁਰਾ ਵਾਲਾ ਮਾਮਲਾ ਆ ਗਿਆ ਥੋੜੇ ਦਿਨਾਂ ਬਾਅਦ ਇਹਨਾਂ ਨੇ ਡੀਜੀਪੀ ਬਦਲਤਾ ਐਡਾ ਘੈਂਟ ਡੀਜੀਪੀ ਸੀ ਇਹਨਾਂ ਕੋਲੇ ਉਹ ਐਡਾ ਘੈਂਟ ਡੀਜੀਪੀ ਆ ਦੇਖ ਲਓ ਸਥਿਤੀਆਂ ਕੀ ਬਣਾ ਗਿਆ ਉਹਦੀ ਵੀ ਤਾਂ ਕਿਤਨਾ ਕਿਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਤਾਂ ਬਣਦੀ ਸੀ ਨਾ ਵੀ ਅਮਨ ਕਾਨੂੰਨ ਰਵੇ ਨਹੀਂ ਤਾਂ ਡੀਜੀਪੀ ਆਪ ਲੱਭ ਕੇ ਦੇ ਦਿੰਦਾ ਵੀ ਕਿਹੜੇ ਵਿਅਕਤੀ ਦੋਸ਼ੀ ਨੇ ਉਹ ਤਾਂ ਪੁਲਿਸ ਦਾ ਮੁਖੀ ਸੀ ਡੀਜੀਪੀ ਆਪ ਹੀ ਤੁਰੰਤ ਕਮੇਟੀ ਬਣਾ ਕੇ ਦੱਸ ਦਿੰਦਾ ਵੀ ਆਹ ਬੰਦੇ ਦੋਸ਼ੀ ਆ ਇਹਨਾਂ ਤੇ ਪਰਚੇ ਦੇ ਕੇ ਭੇਜੋ ਅੰਦਰ ਲੋਕਾਂ ਨੂੰ ਸ਼ਾਂਤੀ ਮਿਲ ਜਾਣੀ ਸੀ ਜਦੋਂ ਦੀ ਇਹ ਘਟਨਾ ਵਾਪਰੀ ਐ ਉਸ ਤੋਂ ਲੈ ਕੇ ਹੁਣ ਤੱਕ ਕੋਈ ਅਜਿਹਾ ਵਾਪਰਿਆ ਹੀ ਨਹੀਂ ਜਿਹਦੇ ਨਾਲ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲੇ ਕਿ ਇਨਸਾਫ਼ ਮਿਲ ਗਿਆ ਇਨਸਾਫ਼ ਕੀ ਹੁੰਦਾ ਇਨਸਾਫ਼ ਉਪਰੋਸਾ ਹੁੰਦਾ ਜੀ ਚ ਅਸੀਂ ਮੰਨ ਲੀਏ ਕਿ ਇਹ ਬੰਦੇ ਗਲਤੀ ਕਰਨ ਵਾਲੇ ਸੀ ਤੇ ਹੁਣ ਇਹਨਾਂ ਨੂੰ ਅਦਾਲਤ ਗਲਤੀ ਦੀ ਸਜ਼ਾ ਦੇ ਦੋਗੀ ਤੇ ਅਸੀਂ ਰੱਬ ਅਗੇ ਅਰਦਾਸਾ ਕਰਾਂਗੇ ਵੀ ਇਹਨਾਂ ਨੂੰ ਸੋਝੀ ਆਵੇ ਇਹ ਜੇਲ ਕੱਟ ਕੇ ਆਉਣ ਸੁਧਾਰ ਕਰ ਇਹਨਾਂ ਨੂੰ ਭੇਜਿਆ ਜਾਵੇ ਇਹ ਸੁਧਰ ਕੇ ਆਉਣ ਤਾਂ ਕਿ ਹਰ ਧਰਮ ਹਰ ਆਸਥਾ ਦਾ ਸਤਕਾਰ ਕਰਨ ਇਹੀ ਇਨਸਾਫ ਹੈ ਨਾ ਇਸ ਸਿੱਟ ਬਣਾਉਣੀ ਇਨਸਾਫ ਨਹੀਂ ਹੁੰਦਾ ਗਗਨ ਮਕਾਮ ਤੱਕ ਲੈ ਕੇ ਜਾਣਾ ਇਨਸਾਫ ਹੁੰਦਾ ਹੁਣ ਉਹਦਾ ਇੰਤਜ਼ਾਰ ਰਹੂਗਾ ਹੁਣ ਸਿੱਧੂ ਤੇ ਕਿੰਨੇ ਕਾਰਵਾਈ ਕਰ ਦੋ ਸਿੱਧੂ ਕਹਿੰਦਾ ਵੀ ਸਾਨੂੰ ਇਨਸਾਫ ਦੇ ਦਿਓ ਜਿਵੇਂ ਬਾਕੀ ਪੰਜਾਬ ਦੇ ਲੋਕ ਮੰਗਦੇ ਨੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੇ ਕਈ ਲੀਡਰ ਇਹ ਜੀ ਬਿਆਨਬਾਜ਼ੀ ਮੈਨੂੰ ਲੱਗਦਾ ਹੈ ਇਨ੍ਹਾਂ ਲੀਡਰਾਂ ਦੇ ਉੱਤੇ ਹੀ ਸਵਾਲ ਖੜੇ ਕਰਾ ਦੇਣੇ ਇਸ ਬਿਆਨਬਾਜ਼ੀ ਦੇ ਬਾਕੀ ਦੇਖਦੇ ਹਾਂ ਸਿਆਸੀ ਤੌਰ ਤੇ ਤਾਂ ਮਸਲਾ ਏ ਕਾਫੀ ਜ਼ਿਆਦਾ ਇਸ ਵਕਤ ਉਲਝਿਆ ਹੋਇਆ ਹੈ ਕਿਸਾਨ ਅੰਦੋਲਨ ਦੇ ਤਹਿਤ ਬੀਤੇ ਦਿਨ ਜਿਸ ਤਰ੍ਹਾਂ ਰਕੇਸ਼ ਟਕੈਤ ਹੋਣਾਂ ਦਾ ਵੀ ਬਿਆਨ ਆਇਆ ਸੀ ਕਿ ਜਦੋਂ ਅੰਦੋਲਨ ਨੂੰ ਦਿੱਲੀ ਦੇ ਵਿੱਚ ਬੈਠੇ ਆ ਪੂਰੇ 6 ਮਹੀਨੇ ਹੋ ਗਏ ਤਾਂ ਇੱਕ ਵੱਡੀ ਕਾਲ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਏਗੀ ਲੱਗਦਾ ਕਿ ਉਸ ਦੀਆਂ ਵੀ ਤਿਆਰੀਆਂ ਅਰੰਭੀਆਂ ਜਾ ਚੁੱਕੀਆਂ ਨੇ ਜਿਸ ਕਦਰ ਪੰਜਾਬ ਦੇ ਵਿੱਚੋਂ ਵੱਡਾ ਕਾਫਲਾ ਦਿੱਲੀ ਦੇ ਵੱਲ ਰਵਾਨਾ ਹੋਇਆ ਬੀਤੇ ਦਿਨ ਦੇਖੋ ਕਈ ਜਥੇ ਕੱਲ ਰਵਾਨਾ ਹੋਏ ਨੇ ਸ਼ੰਭੂ ਦੇ ਜ਼ਰੀਏ ਖਨੌਰੀ ਦੇ ਜ਼ਰੀਏ ਔਰ ਮੈਂ ਚਿੰਤਤ ਵੀ ਬਹੁਤ ਜ਼ਿਆਦਾ ਕਿਉਂਕਿ ਦਿੱਲੀ ਦੇ ਵਿੱਚ ਜੋ ਹਾਲਾਤ ਨੇ ਦਿੱਲੀ ਚ ਭਾਵੇਂ ਪਿਛਲੇ 24 ਘੰਟਿਆਂ ਦੇ ਦੌਰਾਨ 12000 ਤੋਂ ਕੁਝ ਵੱਧ ਕੇਸ ਆਏ ਨੇ ਪਰ ਇਹ ਚਿੰਤਾ ਵਾਲੀਆਂ ਸਥਿਤੀਆਂ ਬਹੁਤ ਨੇ ਦਿੱਲੀ ਦੇ ਵਿੱਚ ਦਿੱਲੀ ਚ ਪੋਜ਼ਿਟਿਵਿਟੀ ਦਾ ਰਾਹ ਉਹ 19-20% ਹੈ ਮਤਲਬ ਜਿਹੜੇ ਵੀ 100 ਲੋਕਾਂ ਦਾ ਟੈਸਟ ਕੀਤਾ ਜਾਂਦਾ ਹੈ 19 ਪੋਜ਼ਿਟਿਵ ਨੇ ਹੁਣ ਸਾਡੇ ਕਿਸਾਨ ਬੀਬੀਆਂ ਵੀ ਸੀ ਵਿੱਚ ਬੱਚੇ ਵੀ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਲੀ ਜਾ ਰਹੇ ਨੇ ਹੁਣ ਜ਼ਿੰਮੇਵਾਰੀ ਤਾਂ ਕੇਂਦਰ ਸਰਕਾਰ ਦੀ ਇਹ ਬਣਦੀ ਸੀ ਕਿ ਪੱਛਮੀ ਬੰਗਾਲ ਚ ਭਾਜਪਾ ਹਾਰ ਗਈ ਤੇ ਹੁਣ ਮਸਲਾ ਨਵੇੜੀਏ ਇੱਕ ਤਰੀਕੇ ਨਾਲ ਫਤਵਾ ਮਿਲ ਗਿਆ ਕਿਸਾਨਾਂ ਦਾ ਪਛਮੀ ਬੰਗਾਲ ਚ ਬਹੁਤ ਵੱਡੀ ਗਿਣਤੀ ਚ ਕਿਸਾਨ ਨੇ ਤਾਮਿਲਨਾਡੂ ਚ ਕਿਸਾਨ ਨੇ ਵੀ ਕਿਸਾਨ ਜ਼ਮੀਨੀ ਪੱਧਰ ਤੇ ਨਾਖੁਸ਼ ਨੇ ਪਰ ਫਿਰ ਵੀ ਸਰਕਾਰ ਨੇ ਇਸ ਪਾਸੇ ਹਜੇ ਧਿਆਨ ਨਹੀਂ ਦਿੱਤਾ ਮੈਨੂੰ ਇਹ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਗੰਭੀਰਤਾ ਦਿਖਾਉਣੀ ਪੈਣੀ ਹੈ ਜਿਵੇਂ ਇਲੈਕਸ਼ਨ ਕਮਿਸ਼ਨ ਨੂੰ ਝਾੜ ਪਾਈ ਸੁਪਰੀਮ ਕੋਰਟ ਦੇ ਹੱਥ ਪੂਰੀ ਸੁਣਵਾਈ ਹੈ ਸੁਪਰੀਮ ਕੋਰਟ ਇਸ ਮਸਲੇ ਤੇ ਸਰਕਾਰ ਨੂੰ ਕੋਈ ਹੁਕਮ ਦਵੇ ਤਾਂ ਕਿ ਇਹ ਮਸਲਾ ਨਿਭੜੇ ਕਿਉਂਕਿ ਪੋਲਿਟਿਕਲ ਪਾਰਟੀਆਂ ਦੇ ਲੀਡਰ ਦੇਖੋ ਆਪ ਤਾਂ ਪਹਿਲਾਂ ਰੈਲੀਆਂ ਕਰਦੇ ਰਹਗਾ ਕਣ ਸਾਰੇ ਮੁਲਕ ਚ ਰੈਲੀਆਂ ਕਰਦੇ ਰਹੇ ਪੱਛਮੀ ਬੰਗਾਲ ਚ ਕਰਦੇ ਰਹੇ ਅਸਾਮ ਕਰਦੇ ਰਹੇ ਤਾਮਿਲਨਾਡੂ ਕਰਦੇ ਰਹੇ ਹੁਣ ਤੁਸੀਂ ਦੇਖੋ ਹੁਣ ਲੱਗਾ ਤਾਂ ਹਰ ਜਗ੍ਹਾ ਇਹਨਾਂ ਨੇ ਲੋਕਡਾਊਨ ਇਹਨਾਂ ਦੀਆਂ ਆਪਣੀਆਂ ਰੈਲੀਆਂ ਨੇ ਆਪਣੇ ਜਹਾਜ਼ਾਂ ਚ ਜਾਂਦੇ ਨੇ ਉੱਥੇ ਤਾਂ ਕੋਈ ਦਿੱਕਤ ਨਹੀਂ ਆਮ ਲੋਕ ਰੇਲ ਗੱਡੀ ਚਾਹੁੰਦੇ ਨੇ ਕਾਰ ਚਾਹੁੰਦੇ ਨੇ ਬੱਸਾਂ ਚਾਹੁੰਦੇ ਨੇ ਸੋ ਇਸ ਕਰਕੇ ਇਹ ਲੀਡਰਾਂ ਨੇ ਵੀ ਬਹੁਤ ਵੱਡੀ ਅੰਗਹੀਲੀ ਮੈਂ ਕਹੂੰਗਾ ਕਿ ਸਾਡੇ ਮੁਲਕ ਦੇਆਂ ਨੇ ਦਿਖਾਈ ਹੈ ਜਿਹੜੀ ਕਿ ਇੱਕ ਬਹੁਤ ਇਹ ਕੋਈ ਚੰਗੀ ਉਦਾਹਰਣ ਨਹੀਂ ਉਹਨਾਂ ਨੇ ਪੇਸ਼ ਕੀਤੀ ਹੁਣ ਚਾਹੀਦਾ ਤਾਂ ਇਹ ਸੀ ਕਿ ਜਿਸ ਪੱਧਰ ਤੇ ਦੇਸ਼ 'ਚ ਕੋਵਿਡ ਦੀਆਂ ਸਥਿਤੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਜਾਂ ਬੀਜੇਪੀ ਅੱਗੇ ਆ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਇੱਕ ਵਾਰੀ ਮੁਕੰਮਲ ਤੌਰ ਤੇ ਰੋਕ ਲਾ ਦਿੰਦੇ ਵੀ ਅਸੀਂ ਮੁਕੰਮਲ ਤੌਰ ਤੇ ਰੋਕ ਲਾਨੇ ਆ ਇੱਕ ਵਾਰੀ ਸਾਰੇ ਹਾਲਾਤ ਸੁਧਰ ਜਾਣ ਮੁਲਕ ਚੰਗੀ ਸਥਿਤੀ 'ਚ ਆ ਜਾਏ ਫੇਰ ਅਸੀਂ ਸਲਾਹ مشਵਰਾ ਕਿਸਾਨ ਕਿਸਾਨਾਂ ਨਾਲ ਬਹਿ ਕੇ ਕਰ ਲਾਂਗੇ ਦੇਸ਼ 'ਚ ਆਕਸੀਜਨ ਦੀ ਕਿੱਡੀ ਵੱਡੀ ਕਮੀ ਆ ਦੇਖੋ ਆ ਗੱਲ ਸਾਰੀ ਗੱਲ ਕੀ ਐਡੇ ਫਾਇਦੇ ਹੋ ਜਾਣਗੇ ਜੀ ਕਾਨੂੰਨਾਂ ਦੇ ਮੁਲਕ 'ਚ ਆਕਸੀਜਨ ਉਪਲਬਧ ਨਹੀਂ ਕਰਾ ਸਕੀ ਸਰਕਾਰ ਆਕਸੀਜਨ ਦੇ ਸਿਲੰਡਰ ਨਹੀਂ ਸਾਡੇ ਮੁਲਕ 'ਚ ਸਰਕਾਰ ਕੋਲੇ ਬਣੇ ਔਰ ਪਹਿਲੀ ਕੋਵਿਡ ਲਹਿਰ ਦੇ ਵਿੱਚ ਚਲੋ ਠੀਕ ਹੈ ਕਿ ਲੋਕਡਾਊਨ ਚੰਗਾ ਫੈਸਲਾ ਰਹਿ ਗਿਆ ਉਦੋਂ ਚੁਣੌਤੀਆਂ ਸੀਗੀਆਂ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਕਾਰੋਬਾਰ ਤਬਾਹ ਹੋਏ ਕਿਸੇ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ ਕੋਈ ਸਹੂਲਤਾਂ ਨਹੀਂ ਦਿੱਤੀਆਂ ਏਡੇ ਵੱਡੇ ਪੱਧਰ ਤੇ ਆਮ ਲੋਕਾਂ ਨੂੰ ਔਰ ਪਹਿਲੀ ਕੋਵਿਡ ਲਹਿਰ ਤੋਂ ਬਾਅਦ ਅਸੀਂ ਇਸ ਤਰੀਕੇ ਨਾਲ ਦਿਖਾਉਣ ਲੱਗ ਗਏ ਕਿ ਜਿਵੇਂ ਭਾਰਤ ਨੇ ਬਹੁਤ ਵੱਡੀ ਜਿੱਤ ਹਾਸਲ ਕਰਤੀ ਤੇ ਭਾਰਤ ਇੱਕ ਧਿਰ ਤਾਂ ਸਾਡੀ ਇਹੋ ਜੀ ਸੀ ਜਿਹੜੇ ਇਹ ਕਹਿਣ ਲੱਗੇ ਸੀ ਵੀ ਭਾਰਤ ਨੇ ਦੁਨੀਆ ਨੂੰ ਸਿਖਾਤਾ ਵੀ ਕੋਵਿਡ ਦੇ ਖਿਲਾਫ ਕਿਵੇਂ ਲੜਨਾ ਆ ਦੇਖ ਲਓ ਦੁਨੀਆ ਨੂੰ ਜਿਹੜਾ ਸਿਖਾਇਆ ਸੀ ਉਹਦਾ ਨਤੀਜਾ ਕੀ ਨਿਕਲ ਰਿਹਾ ਸ਼ਮਸ਼ਾਨਾਂ ਚ ਥੜੇ ਨਹੀਂ ਮਿਲ ਰਹੇ ਆਖਰੀ ਰਸਮਾਂ ਪੂਰੀਆਂ ਕਰਨ ਦੇ ਲਈ ਲੋਕਾਂ ਨੂੰ ਐਡੀ ਵੱਡੀ ਪੱਧਰ ਤੇ ਲੋਕ ਦੁਨੀਆ ਤੋਂ ਜਾ ਰਹੇ ਨੇ ਆ ਮੈਂ ਫੇਸਬੁੱਕ ਸੋਸ਼ਲ ਮੀਡੀਆ ਗगन ਕੱਲ ਖੋਲ੍ਹਿਆ ਸਵੇਰੇ ਕੱਲ ਤੇ ਮੈਂ ਦੁੱਖ ਵਾਲੀਆਂ ਖਬਰਾਂ ਹੀ ਦੇਖੀਆਂ ਸਾਰਿਆਂ ਨੂੰ ਇਹਨੇ ਵੱਡੇ ਪੱਧਰ ਤੇ ਫੇਸਬੁੱਕ ਤੁਸੀਂ ਖੋਲੋ ਤੁਹਾਨੂੰ ਫੇਸਬੁੱਕ ਤੋਂ ਪਤਾ ਲੱਗ ਜਾਊਗਾ ਵਾਪਰ ਕੀ ਰਿਹਾ ਹੈ ਮੁਲਕ ਦੇ ਵਿੱਚ ਦੁੱਖ ਵਾਲੀਆਂ ਹੀ ਪੋਸਟਾਂ ਸਭ ਦੀਆਂ ਇਹ ਸਥਿਤੀਆਂ ਬੜੀਆਂ ਪਈਆਂ ਨੇ ਔਰ ਮੈਂ ਚਿੰਤਿਤ ਗਗਨ ਇਸ ਕਰਕੇ ਹਾਂ ਕਿ ਬਹੁਤ ਵੱਡੀ ਪੱਧਰ ਤੇ ਸਾਡੇ ਕਿਸਾਨ ਜਾ ਰਹੇ ਨੇ ਠੀਕ ਹੈ ਕਿਸਾਨਾਂ ਦੇ ਲਈ ਰੋਜ਼ੀ ਰੋਟੀ ਆਪਣੀ ਖੇਤੀਬਾੜੀ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਲਈ ਵਕਾਰ ਦਾ ਸਵਾਲ ਉਹਨਾਂ ਨੇ ਬਣਾਇਆ ਹੋਇਆ ਵੀ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਬਿਨਾ ਅੰਦੋਲਨ ਖਤਮ ਨਹੀਂ ਕਰਨਾ ਪਰ ਸਥਿਤੀਆਂ ਬਹੁਤ ਚੁਣੌਤੀਪੂਰਵਕ ਨੇ ਇਹ ਕਿਸਾਨ ਆਗੂ ਨੇ ਜਿਹੜੇ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉੱਥੇ ਲਗਾਤਾਰ ਮੈਡੀਕਲ ਸਹੂਲਤਾਂ ਹੋਣ ਉੱਥੇ ਕੈਂਪ ਲੱਗਣ ਉੱਥੇ ਹਰ ਕਿਸੇ ਨੂੰ 마ਸਕ ਉਪਲਬਧ ਕਰਾਇਆ ਜਾਵੇ ਸੈਨੀਟਾਈਜੇਸ਼ਨ ਹੋਵੇ ਕਿਉਂਕਿ ਦਿੱਲੀ ਚ ਕਹਿੰਦੇ ਹਵਾ ਦੇ ਵਿੱਚ ਵੀ ਇਹਦਾ ਕੋਵਿਡ ਦਾ ਫਲਾ ਹੈ 에ਅਰ ਬੋਰਨ ਡਿਜ਼ੀਜ਼ ਬਣ ਗਈ ਕਹਿੰਦੇ ਉੱਥੇ ਵੀ ਹਵਾ ਚ ਵੀ ਇਹ ਵਾਇਰਸ ਲੋਕਾਂ ਨੂੰ ਇਨਫੈਕਟ ਕਰਦਾ ਉਹਨਾਂ ਨੂੰ ਲਾਗ ਲਾ ਦਿੰਦਾ ਹੈ ਸੰਕਰਮਣ ਕਰ ਦਿੰਦਾ ਹੈ ਇਨਫੈਕਟਡ ਕਰ ਦਿੰਦਾ ਸੋ ਸਥਿਤੀਆਂ ਚਿੰਤਾਜਨਕ ਨੇ ਭਾਰਤ ਦੀ ਸਰਕਾਰ ਨੂੰ ਫੌਰੀ ਤੌਰ ਤੇ ਇਹਦੇ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਕੱਲ ਸੁਪਰੀਮ ਕੋਰਟ ਚ ਸੁਣਵਾਈ ਵੀ ਸੀ ਕਿਉਂਕਿ ਇੱਕ ਪਟੀਸ਼ਨ ਵੀ ਲੱਗੀ ਹੋਈ ਹੈ ਕਿਸਾਨ ਅੰਦੋਲਨ ਨੂੰ ਹਟਾਉਣ ਦੀ ਜਾਂ ਖਤਮ ਕਰਨ ਦੀ ਉਹਦੇ ਤੇ ਕੱਲ ਸੁਣਵਾਈ ਸੀ ਕੱਲ ਸੁਪਰੀਮ ਕੋਰਟ ਦੇ ਵਿੱਚ ਇੰਟਰਨੈਟ ਦੀ ਪ੍ਰੋਬਲਮ ਰਹਿ ਗਈ ਜਿਹਦੇ ਕਰਕੇ ਸੁਣਵਾਈ ਨਹੀਂ ਹੋ ਸਕੀ ਅੱਜ ਮਾਫ ਕਰਨਾ ਕੱਲ ਬੁੱਧਵਾਰ ਨੂੰ ਅੱਜ ਤਾਂ ਮੰਗਲਵਾਰ ਹੈ ਕੱਲ ਬੁੱਧਵਾਰ ਨੂੰ ਨਵੇਂ ਸਿਰੇ ਤੋਂ ਗਗਨ ਸੁਣਵਾਈ ਹੋ ਸਕਦੀ ਹੈ ਇਹਦੇ ਉੱਪਰ ਔਰ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਭਾਰਤ ਸਰਕਾਰ ਨੂੰ ਕੋਈ ਵੱਡਾ ਹੁਕਮ ਦੇਣਾ ਪਊਗਾ ਜਿਵੇਂ ਇਲੈਕਸ਼ਨ ਕਮਿਸ਼ਨ ਨੂੰ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਇਲੈਕਸ਼ਨ ਕਮਿਸ਼ਨ ਨੂੰ ਝਾੜ ਪਾਈ ਸੀ ਹਾਈ ਕੋਰਟ ਨੇ ਮ드ਰਾਸ ਹਾਈ ਕੋਰਟ ਨੇ ਉਸ ਤੋਂ ਬਾਅਦ ਦੇਖੋ ਤੀਰ ਵਾਂਗ ਸਿੱਧਾ ਹੋ ਗਿਆ ਇਲੈਕਸ਼ਨ ਕਮਿਸ਼ਨ ਪਛਮੀ ਬੰਗਾਲ ਚ ਕਹਿੰਦੇ ਜੇਤੂ ਜਲੂਸ ਵੀ ਨਹੀਂ ਕੱਢਣ ਦੇਣਾ ਤੇ ਸਖਤੀ ਬਾਵਾ ਰੱਖੀ ਉਸ ਤੋਂ ਬਾਅਦ ਚੋਣ ਕਮਿਸ਼ਨ ਦੀ ਮੈਂ ਗੱਲ ਕਰਦਾ ਹੁਣਾਂ ਚਾਹ ਦਾ ਕੱਪ ਗਿਣਨ ਤੱਕ ਜਾਂਦੇ ਆ ਚੋਣ ਕਮਿਸ਼ਨ ਦੇ ਅਧਿਕਾਰੀ ਤੇ ਐਤਕੀ ਐਡੀ ਜਿਆਦਾ ਕੋਵਿਡ ਦੀ ਸਥਿਤੀ ਸੀ ਤੇ ਚੋਣ ਕਮਿਸ਼ਨ ਐ ਢੱਲਾ ਪਿਆ ਹੋਇਆ ਸੀ ਜਿਵੇਂ ਅਖਬਾਰ ਤੇ ਪਾਣੀ ਪੈ ਜਾਂਦਾ ਉਹ ਇਕੱਠਾ ਜਾ ਹੋ ਜਾਂਦਾ ਚੋਣ ਕਮਿਸ਼ਨ ਦੀ ਆ ਹਾਲਤ ਬਣੀ ਹੋਈ ਸੀ ਤੇ ਹੁਣ ਸੁਪਰੀਮ ਕੋਰਟ ਨੂੰ ਹੀ ਮੈਨੂੰ ਲੱਗਦਾ ਸਰਕਾਰ ਨੂੰ ਕੋਈ ਸਖਤ ਤਾੜਨਾ ਕਰਨੀ ਬਣਦੀ ਆ ਸੁਪਰੀਮ ਕੋਰਟ ਨੂੰ ਯਾ ਸੁਪਰੀਮ ਕੋਰਟ ਫੌਰੀ ਤੌਰ ਦੇ ਉੱਤੇ ਕਵੇ ਕਿ ਉੱਥੇ ਕਿਸਾਨਾਂ ਦੇ ਲਈ ਖਾਸ ਇੰਤਜ਼ਾਮ ਕੀਤੇ ਜਾਣ ਉੱਥੇ ਜਿਹੜੇ ਨੇ ਲਗਾਤਾਰ ਉੱਥੇ ਟੈਸਟ ਕੀਤੇ ਜਾਣ ਕਿਸਾਨਾਂ ਨੂੰ ਵੈਕਸੀਨੇਸ਼ਨ ਸਾਰਿਆਂ ਦੇ ਕੀਤੀ ਜਾਵੇ ਉੱਥੇ ਤਾਂ ਐਡੀ ਵੱਡੀ ਗਿਣਤੀ 'ਚ ਕਿਸਾਨ ਹੈ ਉੱਥੇ ਸਰਕਾਰ ਪਹਿਲ ਦੇ ਆਧਾਰ ਤੇ ਵੈਕਸੀਨੇਸ਼ਨ ਕਿਸਾਨਾਂ ਦੀ ਕਰਾਵੇ ਪਹਿਲੀ ਡੋਜ਼ ਤੱਕ ਕਰਾਵੇ ਸੋ ਇਹ ਸਥਿਤੀਆਂ ਦੇ ਨਾਲ ਨਜਿੱਠਣ ਦੀ ਲੋੜ ਹੈ ਔਰ ਕਿਸਾਨਾਂ ਆਗੂਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਗਨ ਠੀਕ ਹੈ ਅੰਦੋਲਨ ਆਪਣੀ ਥਾਂ ਹੈ ਲੇਕਿਨ ਜਾਨ ਦੀ ਹਿਫਾਜ਼ਤ ਕਰਨੀ ਬਹੁਤ ਜ਼ਰੂਰੀ ਹੈ ਸਾਰਿਆਂ ਦੀ ਕਿਉਂਕਿ ਜਦੋਂ ਬਹੁਤ ਵੱਡਾ ਇਕੱਠ ਹੋਣਾ ਹੈ ਗੱਲ ਇਹ ਬਹੁਤ ਵੱਡੀਆਂ ਚੁਣੌਤੀਆਂ ਹੋਣਗੀਆਂ ਸੋ ਕਿਸਾਨ ਸੰਗਠਨ ਨੇ ਜਿਹੜੇ ਉਹ ਵੀ ਥੋੜੇ ਜੇ ਇਸ ਮਸਲੇ ਤੇ ਢੈਲੇ ਹੋਣ ਲੋਕਾਂ ਦੀ ਸਾਰਿਆਂ ਦੀ ਇੱਕ ਦੂਜੇ ਦੀ ਸਿਹਤ ਦਾ ਖਿਆਲ ਰੱਖਣ ਔਰ ਸਰਕਾਰ ਦੇ ਨਾਲ ਗੱਲਬਾਤ ਦੀ ਪਹਿਲ ਉਹਨਾਂ ਵੱਲੋਂ ਵੀ ਕੀਤੀ ਜਾਣੀ ਚਾਹੀਦੀ ਹੈ ਵੀ ਅਸੀਂ ਤਿਆਰ ਹਾਂ ਗੱਲਬਾਤ ਲਈ ਚਲੋ ਉਹ ਤਾਂ ਪਹਿਲਾਂ ਵੀ ਸੱਦੇ ਮਾਰਦੇ ਨੇ ਪਰ ਉਹ ਮੈਡੀਕਲ ਕੈਂਪ ਲਾਉਣ ਜਿੱਥੇ ਤੱਕ ਸੰਭਵ ਹੋ ਸਕੇ ਉਹ ਪ੍ਰੇਰਿਤ ਕਰਨ ਕੀ ਸਾਰੇ ਜਿਹੜੇ ਨੇ ਅਗਰ ਜਿਨ੍ਹਾਂ ਨੇ ਆਉਣਾ ਵੀ ਹੈ ਤੇ ਉਹ ਆਪਣੀ ਵੈਕਸੀਨੇਸ਼ਨ ਜ਼ਰੂਰ ਕਰਾ ਕੇ ਆਉਣ ਮੁਕੰਮਲ ਜੀ ਬਿਲਕੁਲ ਸੋ ਇਹ ਵੀ ਜ਼ਰੂਰੀ ਹਦਾਇਤਾਂ ਜਿਹੜੀਆਂ ਕਰੋਨਾ ਦੀ ਆਪਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਸਾਰੇ ਕੰਮ ਜਿਹੜੇ ਕਰਨੇ ਪੈਣਗੇ ਤੇ ਡਲਾ ਸਭ ਇਸ ਦੇ ਨਾਲ ਹੀ ਜੇਕਰ ਮਸਲਿਆਂ ਦੀ ਗੱਲ ਕਰੀਏ ਤਾਂ ਕੁਝ ਕੁ ਮਸਲੇ ਨੇ ਜੋ ਪੰਜਾਬ ਦੇ ਵਿੱਚ ਵੀ ਬੜੇ ਹੰਮ ਬਣੇ ਹੋਏ ਨੇ ਬੇਸ਼ੱਕ ਕਰੋਨਾ ਵੀ ਇੱਕ ਬਹੁਤ ਵੱਡਾ ਮਸਲਾ ਉਧਰ ਖੇਤੀਬਾੜੀ ਵੀ ਬਹੁਤ ਵੱਡਾ ਮਸਲਾ ਬਣਿਆ ਤੇ ਇੱਕ ਤੀਜਾ ਮਸਲਾ ਇਹ ਜੋ ਬੇਅਤਬੀ ਮਾਮਲਿਆਂ ਦਾ ਇਹ ਇੱਕ ਨਵੀਂ ਐਸਆਈਟੀ ਬਣਾਈ ਗਈ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬੋਲੋਂ ਨਵੇਂ ਪੁਲਿਸ ਅਫਸਰਾਂ ਨੂੰ ਲੈ ਕੇ ਬਣਾਈ ਗਈ ਹੈ ਕੀ ਲੱਗਦਾ ਜਿਸ ਤਰ੍ਹਾਂ ਕੰਮਕਾਰ ਦੀ ਸ਼ੁਰੂਆਤ ਇਸ ਐਸਐਸਟੀ ਨੇ ਕੀਤੀ ਹੈ ਜਿਸ ਤਰ੍ਹਾਂ ਨਵੇਂ ਨੰਬਰ ਜਾਰੀ ਕਰਤੇ ਮੇਲ ਆਈਡੀ ਜਾਰੀ ਕਰਤੀ ਕਿਦਾਂ ਦੇਖ ਰਹੇ ਉਸ ਕੰਮਕਾਰ ਦੀ ਸ਼ੁਰੂਆਤ ਨੂੰ ਵੀ ਤਾਂ ਸਧਾਰਨ ਗੱਲਾਂ ਕੀਤੀਆਂ ਸਟ ਨੇ ਕੱਲ ਚੰਡੀਗੜ੍ਹ ਚ ਵਿਜੀਲੈਂਸ ਭਵਨ ਦੇ ਵਿੱਚ ਬੈਠਕ ਕੀਤੀ ਹੈ ਐਲਕੇ ਯਾਦਵ ਰਕੇਸ਼ ਅਗਰਵਾਲ ਜਿਹੜੇ ਕਮਿਸ਼ਨਰ ਵੀ ਨੇ ਐਲਕੇ ਯਾਦਵ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੇ ਉਹਨਾਂ ਦੇ ਦਫ਼ਤਰ ਚ ਹੀ ਮੁਹਾਲਲੇ ਚ ਮੀਟਿੰਗ ਕੀਤੀ ਗਈ ਹੈ ਔਰ surjit singh ਜਿਹੜੇ dig ਨੇ ਇਹ ਸਾਰੇ ਤਿੰਨੇ ਅਫਸਰ ਇਕੱਠੇ ਹੋਏ ਇਹਨਾਂ ਨੇ ਮੀਟਿੰਗ ਕੀਤੀ ਕਿਉਂਕਿ ਹਾਈ ਕੋਰਟ ਨੇ ਕਿਹਾ ਤਾਂ ਕਿ ਪੁਰਾਣੀ ਜਿਹੜੀ ਸਿੱਟ ਹੈ ਜਾਂਚ ਰਿਪੋਰਟ ਹੈ ਉਹਨੂੰ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ ਸੋ ਹੁਣ ਇਹ ਨਵੇਂ ਸਿਰੇ ਤੋਂ ਜਾਂਚ ਕਰਨਗੇ ਦੇਖੋ ਹੈਰਾਨੀ ਤਾਂ ਜ਼ਰੂਰ ਪੈਦਾ ਹੁੰਦੀ ਹੈ ਕਿ ਪਹਿਲੀ ਐਫ ਆਈ ਆਰ ਜਿਹੜੀ ਉਹ 14 ਅਕਤੂਬਰ 2015 ਦੀ ਹੈ ਤੇ ਦੂਜੀ ਐਫ ਆਈ ਆਰ ਜਿਹੜੀ ਉਹ 7 ਅਗਸਤ 2018 ਦੀ ਹੈ ਹੁਣ ਪਹਿਲੀ ਐਫ ਆਈ ਆਰ ਜਿਹੜੀ ਉਹ 14 ਅਕਤੂਬਰ 2015 ਦੀ ਜਦੋਂ ਕੋਟਕਪੂਰਾ ਇਹ ਘਟਨਾ ਵਾਪਰੀ 15 ਤੇ 6 21 ਲੋ ਆਸੀਂ 21 ਚ ਫਿਰਦੇ ਆ ਆ ਮਈ ਆ ਗਈ ਜੀ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਲੈ 4-5 ਮਹੀਨਿਆਂ ਬਾਅਦ ਪੂਰੇ 6 ਸਾਲ ਹੋ ਜਾਣੇ ਨੇ ਗਗਨ ਤੇ ਤੁਸੀਂ ਮੈਨੂੰ ਦੱਸੋ 6 ਸਾਲ ਬਾਅਦ ਦੁਬਾਰਾ ਨਵੇਂ ਸਿਰੇ ਤੋਂ ਜਾਂਚ ਹੋ ਪੁਲਿਸ ਕਿਸ ਤਰ੍ਹਾਂ ਐਵੀਡੈਂਸ ਕਲੈਕਟ ਕਰੂਗੀ ਕਿੱਥੋਂ ਸਬੂਤ ਲੱਭੂਗੀ ਪੁਲਿਸ ਸਬੂਤ ਤਾਂ ਤੀਜੇ ਦਿਨ ਨਹੀਂ ਲੱਭਦਾ ਛੇਤੀ ਛੇਤੀ ਮੌਕੇ ਤੇ ਜਾ ਕੇ ਪੁਲਿਸ ਕੀ ਦੇਖੂਗੀ ਗਗਨ ਦੱਸੋ ਮੈਨੂੰ ਕਿੱਡਾ ਔਖ ਹੈ ਕਿੱਡੀ ਵੱਡੀ ਚੁਣੌਤੀ ਹੈ ਹੈ ਗਗਨ ਬਿਲਕੁਲ ਸੋ ਇਸ ਕਰਕੇ ਦੇਖੋ ਸ਼ੁਰੂਆਤ ਦੇ ਵਿੱਚ ਜਦੋਂ ਜਾਂਚ ਹੁੰਦੀ ਸੀ ਮੈਂ ਤਾਂ ਕਹਿੰਦਾ ਜਦੋਂ ਇਕਬਾਲ ਪ੍ਰੀਤ ਸੋਹਤਾ ਉਹਨਾਂ ਦੀ ਜਾਂਚ ਸੀ ਉਸ ਤੋਂ ਬਾਅਦ ਜਿਹੜੀ ਕੁਮਰ ਵਿਜੇ ਪ੍ਰਤਾਪ ਨੇ ਜਾਂਚ ਕੀਤੀ ਉਦੋਂ ਤੱਕ ਹੀ ਅੱਧੇ ਸਬੂਤ ਨਹੀਂ ਹੱਥ ਲੱਗੇ ਹੋਣੇ ਪੁਲਿਸ ਤੇ ਆ ਹੁਣ ਪੁਲਿਸ ਫੇਰ ਜਾਂਚ ਕਰੂਗੀ ਪੁਲਿਸ ਸਾਰੇ ਸਬੂਤ ਮੈਨੂੰ ਪੂਰਾ ਸ਼ੱਕ ਹੈ ਨਹੀਂ ਲੱਭ ਸਕੂਗੀ ਇਸ ਵਾਰ ਵੀ ਐਸੇ ਗੱਲਾਂ ਜਿੰਨੀਆਂ ਮਰਜ਼ੀ ਕਰ ਲੈਣ ਅਫਸਰ ਵੀ ਕਹਿ ਰਿਹਾ ਸੀ ਵੀ ਕਿ ਕਲਾ ਕਲਾ ਸਬੂਤ ਕੱਢ ਕੇ ਸਾਹਮਣੇ ਲਿਆ ਦੇਵਾਂਗੇ ਜੀ ਕਿੱਥੋਂ ਮਿਲਣਗੇ ਸਬੂਤ ਹੁਣ ਪਤਾ ਮੈਸੇਜ ਕੀ ਜਾਰੀ ਕੀਤਾ ਸੁਨੇਹਾ ਇੱਕ ਤਾਂ ਨਵੀਂ ਈਮੇਲ ਆਈਡੀ ਜਾਰੀ ਕਰਤੀ ਮੈਂ ਦੱਸ ਵੀ ਦਿੰਨਾ ਕੋਈ ਵਿਅਕਤੀ ਕੁਝ ਸੁਝਾਅ ਦੇਣਾ ਚਾਹੁੰਦਾ ਹੋਵੇ ਈਮੇਲ ਕਰਨਾ ਚਾਹੁੰਦਾ ਹੋਵੇ ਕਰ ਸਕਦੇ ਹੋ ਇਹ ਲਿਖਿਆ ਨਿਊ ਸਿਟ 2021 ਕੋਟਕਪੂਰਾ ਕੇਸ @gmail.com ਨਿਊ ਸਿਟ 2021 ਕੋਟਕਪੂਰਾ ਕੇਸ@gmail.com ਇਹ ਈਮੇਲ ਆਈਡੀ ਬਣਾਤਾ ਜੀ ਇਹ ਇੱਕ ਵਟਸਐਪ ਨੰਬਰ ਹੈ 98759 83237 ਬਿਨਾ ਕਾਲਿੰਗ ਸਹੂਲਤ ਵਾਲਾ ਤੁਸੀਂ ਇਹਦੇ ਤੇ ਫੋਨ ਨਹੀਂ ਕਰ ਸਕਦੇ ਇਹਦੇ ਤੇ ਕੋਈ ਜਾਣਕਾਰੀ ਦੇ ਸਕਦੇ ਹੋ ਘਟਨਾ ਦੇ ਸਬੰਧ ਚ ਕਿਸੇ ਕੋਲ ਕੋਈ ਫੋਟੋ ਹੈ ਕੋਈ ਵੀਡੀਓ ਹੈ ਕੋਈ ਕਲਿੱਪ ਹੈ ਕੋਈ ਦਸਤਾਵੇਜ਼ ਹੈ ਕੋਈ ਸੂ ਹੈ ਤੁਸੀਂ ਉਹ ਇਹਦੇ ਤੇ ਦੇ ਸਕਦੇ ਹੋ ਕਿਉਂਕਿ ਸੱਟ ਵਾਲੇ ਕਹਿੰਦੇ ਅਸੀਂ ਨਿਰਪੱਖ ਜਾਂਚ ਕਰਾਂਗੇ ਹੁਣ ਸੱਟ ਨੇ ਭਰੋਸਾ ਦਿੱਤਾ ਹੈ ਕਿ ਹਾਈ ਕੋਰਟ ਦੇ ਹੁਕਮਾ ਮੁਤਾਬਕ ਥਾਣਾ ਕੋਟਕਪੂਰਾ ਵਿਖੇ ਜਿਹੜੀ ਐਫ ਆਈ ਆਰ ਦਰਜ ਹੈ 192 ਨੰਬਰ ਐਫ ਆਈ ਆਰ ਹੈ 14 10 2015 ਦੀ ਤੇ 129 ਨੰਬਰ ਐਫ ਆਈ ਆਰ ਹੈ 7 ਅਗਸਤ 2018 ਦੀ ਉਹਦੇ ਸਬੰਧ ਵਿੱਚ ਜਾਂਚ ਜਿੰਨੀ ਛੇਤੀ ਹੋ ਸਕੂਗੀ ਅਸੀਂ ਕਰਾਂਗੇ ਆ ਮੇਰੇ ਕੋਲੇ ਪੂਰਾ ਪੂਰਾ ਪ੍ਰੈਸ ਨੋਟ ਪਿਆ ਪੂਰਾ ਲਿਖ ਕੇ ਪ੍ਰੈਸ ਨੂੰ ਜਾਰੀ ਕੀਤਾ ਸੈਟ ਨੇ ਪੰਜਾਬ ਸਰਕਾਰ ਵੱਲੋਂ ਦਫਤਰ ਵਿਸ਼ੇਸ਼ ਜਾਂਚ ਟੀਮ ਕੋਟਕਪੂਰਾ ਕੇਸ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਔਰ ਹੋਰ ਸਬੂਤ ਜਟਾਉਣੇ ਨੇ ਹੁਣ ਨਾ ਤਾਂ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਦਾ ਇਹ ਹਵਾਲਾ ਲੈ ਸਕਦੇ ਨੇ ਗੱगन ਤੇ ਨਾ ਹੀ ਜਿਹੜੀ ਪੁਰਾਣੀ ਜਾਂਚ ਹੋਈ ਹੈ ਉਹਨੂੰ ਆਧਾਰ ਬਣਾ ਸਕਦੇ ਨੇ ਦੇਖੋ ਮੈਂ ਬਾਰ ਬਾਰ ਕਹਿੰਦਾ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਪਹਿਲਾਂ ਜੋਰਾ ਸਿੰਘ ਕਮਿਸ਼ਨ ਬਣਿਆ ਕੁਝ ਨਹੀਂ ਹੋਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਕੁਝ ਨਹੀਂ ਹੋਇਆ ਸਿਆਸਤ ਹੀ ਹੋਈ ਵਿਧਾਨ ਸਭਾ 'ਚ ਖੂਬ ਸਿਆਸਤ ਹੋਈ ਵੀ ਇਨਸਾਫ ਦਵਾਂਗੇ ਇਨਸਾਫ ਦੇ ਇੰਤਜ਼ਾਰ 'ਚ ਬੈਠੇ ਆਂ ਫਿਰ ਦੂਜੀ ਸੈੱਟ ਬਣੀ ਪਹਿਲਾਂ ਸਹੋਤਾ ਸਾਹਿਬ ਦੀ ਫਿਰ ਕੁੰਵਰ ਵਿਜੇ ਪ੍ਰਤਾਪ ਪ੍ਰਬੋਧ ਕੁਮਾਰ ਵਾਲੀ ਕੁਝ ਨਹੀਂ ਹੋਇਆ ਹੁਣ ਆ ਤੀਜੀ ਸੈੱਟ ਹੁਣੇ ਤੀਜੀ ਸੱਟ ਤੋਂ ਉਮੀਦ ਤਾਂ ਕਰ ਸਕਦੇ ਆ ਵੀ ਸ਼ਾਇਦ ਇਨਸਾਫ ਮਿਲ ਜੇ ਪਰ ਤਕਨੀਕੀ ਤੌਰ ਤੇ ਰਿਕਾਰਡ ਦੇਖ ਲਈਏ ਸੰਭਵ ਨਹੀਂ ਆ 84 ਦੇ ਕੇਸਾਂ 'ਚ ਦੇਖ ਲਓ ਕਿੰਨੇ ਕਮਿਸ਼ਨ ਕਿੰਨੀਆਂ ਸੱਟਾਂ ਬਣ ਗਈਆਂ ਰਿਕਾਰਡ ਮੜਾ ਪੁਲਿਸ ਦਾ ਨਹੀਂ ਜਾਂਚਾਂ ਹੋਈਆਂ ਮੁਕੰਮਲ ਹੁਣ ਪੰਜਾਬ ਦੀ ਪੁਲਿਸ ਦਾ ਵੀ ਇਹਦੇ ਤੇ ਇੱਜ਼ਤ ਦਾਤ ਹੈ ਸਿਆਸੀ ਕਿਉਂਕਿ ਸਿਆਸੀਕਰਨ ਇਹਨਾਂ ਜ਼ਿਆਦਾ ਹੋ ਗਿਆ ਹੁਣ ਦੇਖਦੇ ਆ ਕਿ ਇਹ ਸੱਟ ਕੀ ਜਾਂਚ ਕਰੂਗੀ ਮੈਨੂੰ ਲੱਗਦਾ ਕਿ ਇਹ ਸਿਰਫ ਹੁਣ ਸੱਟ ਦੀ ਜਿਹੜੀ ਜਾਂਚ ਹੈ ਨਾ ਗਗਨ ਇਹੜੇ ਸਿਆਸੀ ਮਾਹੌਲ ਬਣਾਉਣਾ ਹੈ ਪੰਜਾਬ ਸਿਟ ਦੀ ਜਾਂਚ ਜੀ ਨੂੰ ਪੁੱਛ ਕੇ ਇਸ ਲਈ ਬੁਲਾਉਗੀ ਉਹਦੇ ਤੋਂ ਕੀ ਕੱਢੂਗੀ ਕੀ ਦੱਸੂਗੀ ਇਹ ਹੁਣ ਇੰਤਜ਼ਾਰ ਕਰਨਾ ਪੈਣਾ ਦਲਸਬ ਇੱਕ ਬੜਾ ਅਹਿਮ ਸਵਾਲ ਐ ਐਸਆਈਟੀ ਦੇ ਮਸਲੇ ਦੇ ਵਿੱਚ ਹੀ ਪੁੱਛਾਂਗਾ ਕਿ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ 6 ਮਹੀਨੇ ਦਾ ਸਮਾਂ ਐਸਆਈਟੀ ਦੇ ਕੋਲ ਹੈ ਤੇ ਇਲੈਕਸ਼ਨ ਦੇ ਵਿੱਚ ਤਕਰੀਬਨ 7 ਮਹੀਨਿਆਂ ਦਾ ਸਮਾਂ ਆਪਣੇ ਕੋਲ ਬਾਕੀ ਹੈ ਜਦੋਂ 2022 ਤੇ ਹੋਣਿਆ ਕੀ ਲੱਗਦਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਕਹਿ ਰਿਹਾ ਕਿ ਐਸਆਈਟੀ ਬਣ ਗਈ ਠੀਕ ਹੈ ਵਧੀਆ ਹੋਇਆ ਤੇ ਜਾਂਚ ਜਲ ਤੋਂ ਜਲਦ ਹੋਣੀ ਚਾਹੀਦੀ ਹੈ ਜੇਕਰ ਕਿਤੇ ਐਸਆਈਟੀ ਇਹਨਾਂ ਇਲੈਕਸ਼ਨਾਂ ਦੇ ਕੋਲ ਜਾ ਕੇ ਆਪਣਾ ਰਿਜ਼ਲਟ ਪੇਸ਼ ਕਰ ਦਵੇ ਤੇ ਆਪਣੀ ਫਾਈਲ ਸਬਮਿਟ ਕਰ ਦਵੇ ਤੇ ਉਸ ਵਕਤ ਦੇ ਉੱਤੇ ਕਿਸੇ ਖਾਸ ਧਿਰ ਦਾ ਦੇ ਚ ਨਾਮ ਮਾਤ ਪਿਤਾ ਲੱਗਦਾ ਕਿ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਭਾਵ ਮਿਲੂਗਾ ਫਿਰ ਤੋਂ ਇਸ ਜਿਹੜੀ ਸੈਟਿੰਗ ਨੂੰ ਚੈਲੰਜ ਕੀਤਾ ਜਾ ਸਕਦਾ কোর্ਟ ਦੇ ਵਿੱਚ ਜਾ ਕੇ ਤੇ ਫਿਰ ਜਿਹੜਾ ਮੁਕੰਮਲ ਜਿਹੜੀ ਕੋਈ ਵੀ ਜਾਂਚ ਪੜਤਾਲੇ ਤੇ ਹੋਣੀ ਆ ਉਸ ਇਲੈਕਸ਼ਨਾਂ ਤੋਂ ਬਾਅਦ ਹੋ ਜਾਣੀ ਕਿਉਂਕਿ ਕੋਡ ਆਫ ਕੰਡਕਟ ਲੱਗਣ ਲੱਗ ਜਾਣਾ ਨਹੀਂ ਪਰ ਇਹ ਅਦਾਲਤੀ ਕਾਰਵਾਈ ਹੈ ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਇਹ ਜਿਹੜੀ ਇਸ ਵਾਰ ਜਾਂਚ ਹੋਣੀ ਹੈ ਨਾ ਇਹ ਪੱਤਰਕਾਰਾਂ ਨੂੰ ਨਹੀਂ ਦੱਸਣੀ ਪਿਛਲੀ ਜਾਂਚ ਦੇ ਵਿੱਚ ਕਮੀ ਸੀ ਮੈਂ ਦੇਖਦਾ ਸੀ ਕਿ ਪਿਛਲੀ ਜਾਂਚ ਦੇ ਅਧਿਕਾਰੀ ਕੋਈ ਵੀ ਜਾਂਚ ਕਰਦੇ ਸੀ ਉਹ ਕੁਝ ਚੁਣਿੰਦਾ ਪੱਤਰਕਾਰ ਸੀ ਉਹ ਤੁਰੰਤ ਉਹਨਾਂ ਦੇ ਨਾਲ ਟੈਲੀਵਿਜ਼ਨ ਤੇ ਹਾਜ਼ਰ ਹੋ ਜਾਂਦੇ ਸੀ ਜਾਂ ਤਾਂ ਤੁਸੀਂ ਪ੍ਰੈਸ ਨੋਟ ਜਾਰੀ ਕਰੋ ਜਿਹੜੇ ਜਾਂਚ ਅਧਿਕਾਰੀ ਨੇ ਅਗਰ ਉਹ ਕਿਸੇ ਪੱਤਰਕਾਰ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਉਸ ਤੋਂ ਪਹਿਲਾਂ ਉਹ ਸਾਰਿਆਂ ਨੂੰ ਉਹ ਜਾਣਕਾਰੀ ਦੇ ਦੇਣ ਵੀ ਇਹ ਪਬਲਿਕ ਇੰਟਰਸਟ ਦੀ ਇਨਫੋਰਮੇਸ਼ਨ ਹੈ ਅਸੀਂ ਪਬਲਿਕ ਨੂੰ ਦੇ ਰਹੇ ਹਾਂ ਪਰ ਹਾਈ ਕੋਰਟ ਨੇ ਇਸ ਵਕਤ ਕਹਿਤਾ ਕਿ ਇਹ ਜਿਹੜੀ ਜਾਂਚ ਦੀ ਪ੍ਰਗਤੀ ਹੋਊਗੀ ਇਹ ਨਾ ਮੀਡੀਆ 'ਚ ਜਾਵੇ ਕਿ ਨਾ ਸਰਕਾਰ ਕੋਲੇ ਜਾਵੇ ਇਹ ਬੜੀ ਚੰਗੀ ਗੱਲ ਹੈ ਦੇਖੋ ਹੁਣ ਜਦੋਂ ਜਾਂਚ ਕਮੇਟੀ ਬਣ ਗਈ ਇਹਦੇ ਚ ਦਖਲ ਨਹੀਂ ਹੋਣਾ ਚਾਹੀਦਾ ਮੀਡੀਆ ਵਾਲੇ ਤਾਂ ਕਹਿ ਸਕਦੇ ਆ ਸਿੱਟ ਵਾਲੇ ਤਾਂ ਕਹਿ ਸਕਦੇ ਆ ਵੀ ਅਸੀਂ ਮੀਟਿੰਗ ਕੀਤੀ ਆ ਟੈਲੀਫੋਨ ਨੰਬਰ ਆ ਸਾਨੂੰ ਜਾਣਕਾਰੀ ਦਿਓ ਵਟਸਐਪ ਨੰਬਰ ਦੇ ਤਾਂ ਹੁਣ ਜੇ ਸਿੱਟ ਕਿਸੇ ਨੇ ਕੋਈ ਦਸਤਾਵੇਜ਼ ਭੇਜਦਾ ਤੇ ਸਿੱਟ ਵਾਲੇ ਉਹ ਦਸਤਾਵੇਜ਼ ਸਾਰਜਨਿਕ ਕਰਨ ਵੀ ਸਾਨੂੰ ਆਹ ਦਸਤਾਵੇਜ਼ ਮਿਲਿਆ ਜੀ ਇਹਦੇ ਤੇ ਇਸ ਬੰਦੇ ਤੇ ਇਲਜ਼ਾਮ ਹੈ ਉਹ ਕੰਮ ਨਹੀਂ ਹੋਣਾ ਚਾਹੀਦਾ ਪਿਛਲੀ ਵਾਰੀ ਇੰਟਰਵਿਊਆਂ ਹੋਈਆਂ ਕਾਫੀ ਕੁਛ ਗੱਲਾਂ ਬਾਹਰ ਆ ਜਾਂਦੀਆਂ ਸੀ ਉਹ ਨਹੀਂ ਹੋਣੀਆਂ ਚਾਹੀਦੀਆਂ ਇਸ ਵਾਰ ਇਹ ਤਾਂ ਫਰਕ ਰਹਿਣਾ ਚਾਹੀਦਾ ਦੂਸਰਾ ਇਹ ਅਦਾਲਤ ਹੁਣ ਸਿਟ ਔਰ ਅਦਾਲਤ ਸਿਟ ਜੋ ਰਿਪੋਰਟ ਸੌਂਪੂਗੀ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਜਾਣੀ ਹੈ ਜਾਂ ਹਾਈ ਕੋਰਟ ਅਗਰ ਲੋਅਰ ਕੋਰਟ ਨੂੰ ਕਹੂਗੀ ਫਰੀਦਕੋਟ ਦੀ ਤਾਂ ਫਰੀਦਕੋਟ ਦੀ ਅਦਾਲਤ ਚ ਸੌਂਪੀ ਜਾਣੀ ਹੈ ਇਹ ਜੱਜਾਂ ਤੋਂ ਇਲਾਵਾ ਰਿਪੋਰਟ ਕਿਸੇ ਨੇ ਨਹੀਂ ਪੜ੍ਹਣੀ ਇਸ ਵਾਰ ਤੇ ਬਾਹਰ ਹੋਣੀ ਵੀ ਨਹੀਂ ਚਾਹੀਦੀ ਲੀਕ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਅਗਰ ਇਹ ਲੀਕ ਹੀ ਹੋ ਗਈ ਤੇ ਫੇਰ ਸਵਾਲ ਖੜੇ ਹੋ ਜਾਣੇ ਵੀ ਲੀਕ ਕਿਵੇਂ ਹੋ ਗਈ ਜੀ ਕਿਹਨੇ ਲੀਕ ਕਰਤੀ ਇਸ ਕਰਕੇ ਇਹਦਾ ਚੋਣਾ ਨਾਲ ਕੋਈ ਸਬੰਧ ਨਹੀਂ ਸਿੱਟਦਾ ਦੇਖੋ ਪਰ ਅਸੀਂ ਦੇਖੀਏ ਇਹਨੂੰ ਇਸ ਰੂਪ ਚ ਕਿਉਂਕਿ ਮੰਗ ਸਿਆਸੀ ਹੋ ਗਈ ਸੀ ਪੋਲਿਟਿਕਲ ਪਾਰਟੀਆਂ ਨੇ ਕਿਹਾ ਅਸੀਂ ਇਨਸਾਫ ਦਵਾਂਗੇ ਹੁਣ ਸਰਕਾਰ ਕਹਿੰਦੀ ਸੀ ਅਸੀਂ ਇਨਸਾਫ ਦਵਾਂਗੇ ਲੋਕਾਂ ਨੇ ਤਾਂ ਸਰਕਾਰ ਨੂੰ ਕਹਿਣਾ ਸਰਕਾਰੇ ਤੁਸੀਂ ਇਨਸਾਫ ਨਹੀਂ ਦਿੱਤਾ ਅ ਜਿਵੇਂ ਸਿੱਧੂ ਟਵੀਟ ਕਰਦਾ ਕਰਦੇ ਆ ਬਾਅਦ ਚ ਉਹਦੀ ਗੱਲ ਲੋਕਾਂ ਨੇ ਕਹਿਣਾ ਸਰਕਾਰੇ ਇਨਸਾਫ ਨਹੀਂ ਮਿਲਿਆ ਸਰਕਾਰ ਕਹਿੰਦੀ ਸੀ ਮੈਂ ਇਨਸਾਫ ਦਵਾਂ ਮੈਨੂੰ ਵੋਟਾਂ ਪਾਓ ਉਹ ਤਾਂ ਹੋ ਗਿਆ ਸਿਆਸੀ ਉਹ ਤਾਂ ਚੱਲਦਾ ਰਹਿਣਾ ਲੋਕਾਂ ਨੇ ਹੁਣ ਵੀ ਕਹਿਣਾ ਕੀ ਸਰਕਾਰੇ ਇਨਸਾਫ ਦੇ ਸਰਕਾਰੇ ਇਨਸਾਫ ਦੇ ਜਿਵੇਂ ਅਸੀਂ ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਰੱਬਾ ਰੱਬਾ ਮੀਂਹ ਵਰਸਾ ਉਹ ਸਮਾਂ ਸੀ ਨਾ ਜਦੋਂ ਮੀਂਹ ਨਹੀਂ ਸੀ ਪੈਂਦੇ ਹੁੰਦੇ ਫਿਰ ਗੁੱਡੀਆਂ ਸਾੜਦੇ ਹੁੰਦੇ ਫਿਰ ਮੀਂਹ ਆਉਣਾ ਕਿਤੇ ਲੋਕ ਤਾਂ ਕਹਿਣਗੇ ਸਰਕਾਰੇ ਇਨਸਾਫ ਦੇ ਹੁਣ ਸਿਟ ਸਰਕਾਰ ਨੇ ਨਵੀਂ ਬਣਾਤੀ ਹੁਣੇ ਸਿਟ ਆਪਣੀ ਜਾਂਚ ਕਰੀ ਜਾਊ ਸਿਟ ਇੱਕ ਮਹੀਨੇ ਚ ਜਾਂਚ ਮੁਕਾਵੇ ਦੋ ਮਹੀਨਿਆਂ ਚ ਤਿੰਨ ਚ ਚਾਰ ਚ ਪੰਜ ਚ ਉਹਨਾਂ ਨੇ ਆਪਣੀ ਜਾਂਚ ਕਰਕੇ ਅਦਾਲਤ ਨੂੰ ਦੇ ਦੇਣੀ ਹੈ ਹੁਣ ਜੇ 5 ਮਹੀਨਿਆਂ ਚ ਵੀ ਸਿੱਟ ਜਾਂਚ ਮੁਕਾ ਲੂ ਤੇ ਅਦਾਲਤ ਕੋਲੇ ਹੋਰ ਵੀ ਬੜੇ ਕੰਮ ਐ ਅਦਾਲਤ ਕੋਲੇ ਜਿਹੜੀ ਸਿੱਟ ਦੀ ਜਾਂਚ ਰਿਪੋਰਟ ਹੋਊਗੀ ਉਹਨੂੰ ਪੜ੍ਹਨਾ ਵੀ ਐ ਹੁਣ ਇੱਕ ਅਧੇ ਵਰਕੇ ਦੀ ਤਾਂ ਸਿੱਟ ਹੋਣੀ ਨਹੀਂ ਗਗਨ ਹਜ਼ਾਰਾਂ ਵਰਕੇ ਹੋਣਗੇ ਹੈ ਗਗਨ ਸੋ ਸੈਂਕੜੇ ਹਜ਼ਾਰੇ ਹਜ਼ਾਰਾਂ ਜਦੋਂ ਵਰਕੇ ਹੋਣਗੇ ਇੱਥੇ ਅਦਾਲਤ ਉਹਨਾਂ ਵਰਕਿਆਂ ਨੂੰ ਪੜ੍ਹੂਗੀ ਉਹਨਾਂ ਨੂੰ ਸਮਝੂਗੀ ਵੀ ਇਹਦੇ ਚ ਕੀ ਕੀ ਐ ਸੋ ਅਦਾਲਤੀ ਕਾਰਵਾਈ ਵੀ ਵਕਤ ਲਾਊਗੀ ਔਰ ਜਦੋਂ ਸਿੱਟ ਜਾਣੀ ਛਿੱਟ ਦੀ ਰਿਪੋਰਟ ਅਦਾਲਤ ਚ ਜਾਣੀ ਅਦਾਲਤੀ ਪ੍ਰਕਿਰਿਆ ਆਪਣੀ ਥਾਂ ਚੱਲਦੀ ਰਹਿਣੀ ਆ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਰੋਕ ਨਹੀਂ ਕੋਈ ਇਲੈਕਸ਼ਨ ਕਮਿਸ਼ਨ ਦੀ ਰੋਕ ਨਹੀਂ ਕੋਈ ਚੋਣ ਜ਼ਾਬਤਾ ਨਹੀਂ ਉਹ ਅਦਾਲਤੀ ਪ੍ਰਕਿਰਿਆ ਚੱਲਦੀ ਰਹਿਣੀ ਪਰ ਅਦਾਲਤੀ ਪ੍ਰਕਿਰਿਆ ਜਲਦੀ ਖਤਮ ਨਹੀਂ ਹੋਣੀ ਇਸ ਕਰਕੇ ਚੋਣਾ ਤਾਂ ਹੋ ਹੀ ਜਾਣੀਆਂ ਨੇ ਆਪਣੇ ਰੂਪ ਚ ਚੋਣਾ 7 8 9 ਮਹੀਨੇ ਚੋਣਾ ਤਾਂ ਪਹਿਲਾਂ ਵੀ ਹੋ ਸਕਦੀਆਂ ਜੇ ਸਰਕਾਰ ਡੇਗੀ ਸਰਕਾਰਾਂ ਦਾ ਅੱਜ ਕੱਲ ਪਤਾ ਕੋਈ ਨਹੀਂ ਲੱਗਦਾ ਪਿੱਲੀ ਇੱਟ ਵਰਗੀਆਂ ਸਰਕਾਰਾਂ ਨੇ ਸਾਡੇ ਮੁਲਕ ਚ ਦੇਖੋ ਕਿੰਨੀਆਂ ਡਿੱਗੀਆਂ ਨੇ ਪਿੱਛੇ ਸਰਕਾਰਾਂ ਡਿੱਗੀਆਂ ਸਾਡੇ ਸੌਂ ਚੱਕਣ ਦਾ ਨਹੀਂ ਪਤਾ ਲੱਗਦਾ 5 ਵਜੇ ਸੌਂ ਚ ਕਾ ਦਿੰਦੇ ਸਵੇਰੇ ਮੁਲਕ ਸੁੱਤਾ ਹੁੰਦਾ ਆ ਸਾਡੇ ਕਿਸਾਨ ਹੀ ਜਾਗਦੇ ਹੁੰਦੇ ਖੇਤਾਂ ਕੋ ਤੁਹਾਨੂੰ ਪਾਣੀ ਦੇਣ ਵਾਲੇ ਆ ਮਹਾਰਾਸ਼ਟਰ ਤੁਸੀਂ ਦੇਖਿਆ ਨਾ ਮੂਹ ਨੇ ਰਈ ਸੌਂ ਚ ਕਾ ਦੀ ਸੋ ਇਸ ਕਰਕੇ ਇਹ ਅਦਾਲਤੀ ਕਾਰਵਾਈ ਦੇ ਵਿੱਚ ਕੋਈ ਰਿਕਵਰਡ ਨਹੀਂ ਆਣੀ ਸਿਟ ਦੀ ਕਾਰਵਾਈ ਇਸੇ ਤਰ੍ਹਾਂ ਚੱਲਨੀ ਆ ਹੁਣ ਸਿਟ ਕਿੰਨੀ ਦੇਰ ਚ ਰਿਪੋਰਟ ਸੌਂਪਦੀ ਹੈ ਉਹ ਦੇਖਣ ਵਾਲੀ ਗੱਲ ਹੈ ਅਗਰ ਸਿਟ 2 ਮਹੀਨਿਆਂ ਚ ਰਿਪੋਰਟ ਸੌਂਪਦੀ ਹੈ ਫਿਰ ਤਾਂ ਅਸੀਂ ਮੰਨ ਸਕਦੇ ਹਾਂ ਕਿ ਅਦਾਲਤ ਚ 4-5 ਮਹੀਨਿਆਂ ਚ ਫੈਸਲਾ ਆ ਸਕਦਾ ਹੈ ਆ ਸਕਦਾ ਫਿਰ ਤਾਂ ਪਰ ਇਹ ਸੰਭਵ ਨਹੀਂ ਕਿ 2 ਮਹੀਨਿਆਂ ਚ ਰਿਪੋਰਟ ਦੇ ਦੇਣ ਕਿਉਂਕਿ ਬਹੁਤ ਵੱਡੀ ਜਾਂਚ ਕਰਨੀ ਹੈ ਹਜੇ ਤੱਕ ਗਗਨ ਇਸ ਜਾਂਚ ਚ ਬਹੁਤ ਸਿਆਸਤ ਹੋਣੀ ਹੈ ਜਾਂਚ ਵਾਲੇ ਨੇ ਜਾਂਚ ਕਰੀ ਜਾਣੀ ਹੈ ਸਿਆਸਤ ਵਾਲੇ ਨੇ ਸਿਆਸਤ ਕਰੀ ਜਾਣੀ ਹੈ ਸੋ ਸਿਆਸਤ ਬਹੁਤ ਹੋਣੀ ਹੈ ਇਹ 2022 ਦੀਆਂ ਚੋਣਾਂ ਦਾ ਵੱਡਾ ਮੁੱਦਾ ਬਣ ਗਿਆ ਕੈਪਟਨ ਅਮਰਿੰਦਰ ਦੇ ਲਈ ਲੋਕ ਵੋਟ ਪਾਉਣ ਪਾਉਣ ਜਾਣ ਸਮੇ ਵੀ ਮੈਨੂੰ ਲੱਗਦਾ ਇਹ ਉਹਨਾਂ ਦੇ ਜ਼ਹਿਨ ਚ ਹੋਊਗਾ ਵੀ ਕੈਪਟਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ ਇਨਸਾਫ ਦਊਂਗਾ ਜੇ ਤਾਂ ਉਦੋਂ ਤੱਕ ਮਿਲ ਗਿਆ ਤੇ ਕੈਪਟਨ ਦਾ ਧੰਨਵਾਦ ਕਰਿਆਣਗੇ ਜੇ ਉਦੋਂ ਤੱਕ ਇਨਸਾਫ ਨਾ ਮਿਲਿਆ ਤੇ ਰੱਬਗੇ ਅਰਦਾਸ ਕਰਿਆਉਣਗੇ ਵੀ ਸਾਨੂੰ ਕੋਈ ਇਨਸਾਫ ਦੇਣ ਵਾਲਾ ਭੇਜੋ ਬਿਲਕੁਲ ਇਹ ਡਲਾ ਸਾਬ ਜੇਕਰ ਹੁਣ ਕਾਂਗਰਸ ਦੇ ਵੱਲ ਪਤੀਏ ਤਾਂ ਕਾਂਗਰਸ ਦੇ ਇੱਕ ਪ੍ਰਧਾਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤੇ ਪੰਜਾਬ ਦੇ ਵਿੱਚ ਵੀ ਵੱਖੋ-ਵੱਖਰੇ ਮਸਲੇ ਨੇ ਨਵਜੂਤ ਸਿੰਘ ਸਿੱਧੂ ਆਪਣੇ ਪੱਧਰ ਤੇ ਟਵੀਟ ਕਰੀ ਜਾਂਦੇ ਨੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਕਮਾਂਡਰ ਕਾਂਗਰਸ ਦੇ ਨੇ ਉਹਨਾਂ ਨੂੰ ਹੀ ਨਿਸ਼ਾਨੇ ਦੇ ਉੱਤੇ ਲਈ ਜਾਂਦੇ ਨੇ ਉੱਧਰ ਹਾਈ ਕਮਾਂਡ ਦੇ ਵਿੱਚ ਪ੍ਰਧਾਨਗੀ ਦਾ ਰੌਲਾ ਨਹੀਂ ਹਜੇ ਮੁੱਕਦਾ ਪਿਆ ਕਿਦਾਂ ਵੇਖ ਰਹੇ ਹੋ ਕਾਂਗਰਸ ਦੇ ਅੰਦਰ ਜਿਹੜਾ ਕੁਝ ਚੱਲਦਾ ਪਿਆ ਦੇਖੋ ਜਿਵੇਂ ਜਵਾਕ ਦੀ ਡੋਰ ਉਲਝ ਜਾਂਦੀ ਹੈ ਨਾ ਗੁੰਝਲ ਦੀ ਬਣ ਜਾਂਦੀ ਕਾਂਗਰਸ ਦੀ ਸਥਿਤੀ ਉਹ ਬਣ ਗਈ ਕਾਂਗਰਸ ਦੀ ਸਥਿਤੀ ਇਸ ਵਕਤ ਆਪਣੇ ਆਪ ਚ ਡਾਵਾ ਡੋਲਾ ਕਾਂਗਰਸ ਦੇ ਅੰਦਰ ਹੀ ਇੱਕ 23 ਜੀ ਬਣਿਆ ਪਿਆ ਦੇਖੋ ਜੀ 23 ਕਾਂਗਰਸ ਦੇ ਅੰਦਰ ਹੀ ਬਣਿਆ ਪਿਆ ਸੋ ਕਾਂਗਰਸ ਗੁੱਟਾਂ ਵਾਲੀ ਪਾਰਟੀ ਆ ਹੁਣ ਉਹ ਚ ਇੱਕ ਗੁੱਟ ਨਹੀਂ ਕਈ ਗੁੱਟ ਹੈ ਜਿਵੇਂ ਮਨੁੱਖ ਦੇ ਸਰੀਰ ਚ ਕਈ ਪੁਰਜੇ ਕਈ ਹੱਡੀਆਂ ਕਈ ਅੰਗ ਹੈ ਇਹੀ ਸਥਿਤੀ ਕਾਂਗਰਸ ਦੀ ਹੈ ਕਾਂਗਰਸ ਨੂੰ ਇਹੀ ਨਹੀਂ ਪਤਾ ਕਿ ਸਾਡੇ ਕਿਹੜੇ ਸ਼ਬ ਚ ਕੀ ਵਰ 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 ਹੋ ਰਿਹਾ ਔਰ ਹੁਣ ਮੀਟਿੰਗ ਵੀ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਉਹਦੇ 'ਚ ਹੁਣ ਕੋਵਿਡ ਦੀਆਂ ਸਥਿਤੀਆਂ ਨੇ ਚਲੋ ਉਹਨਾਂ ਨੇ ਟਾਲਤੀ ਪ੍ਰਧਾਨਗੀ ਦੀ ਚੋਣ ਹਾਲ ਦੀ ਖੜੀ ਪਰ ਜੂਨ 'ਚ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਹੁਣ ਕਾਂਗਰਸ 'ਚ ਦੇਖੋ ਅਜੀ 23 ਜਾਂ ਜਿਹੜੇ ਵੀ ਵਿਰੋਧੀ ਨੇ ਚਿੱਟੀਆਂ-ਚੁੱਟੀਆਂ ਲਿਖਣ ਵਾਲੇ ਨੇ ਤਾਕਤ ਕਿਸੇ 'ਚ ਵੀ ਹੈ ਨਹੀਂ ਕਿ ਉਹ ਅੱਗੇ ਆ ਕੇ ਕਹੇ ਕਿ ਮੈਂ ਕਾਂਗਰਸ ਦੇ ਪ੍ਰਧਾਨ ਦੀ ਚੋਣ ਲੜੂੰਗਾ ਮੁਰਕੇ ਇਹਨਾਂ ਨੇ ਪਹਿਲਾਂ ਵੀ ਸਾਰਿਆਂ ਨੇ ਹਥਿਆਰ ਸੁੱਟ ਤੇ ਸਿਆਸੀ ਵੀ ਜੀ ਅਸੀਂ ਤਾਂ ਰਾਹੁਲ ਗਾਂਧੀ ਨੂੰ ਜਾਂ ਸੋਨੀਆ ਗਾਂਧੀ ਨੂੰ ਤੁਹਾਨੂੰ ਹੀ ਪ੍ਰਧਾਨ ਦੇਖਣਾ ਚਾਹੁੰਦੇ ਆ ਜਾਂ ਪ੍ਰਿੰਕਾ ਗਾਂਧੀ ਨੂੰ ਫਿਰ ਤੁਹਾਡੇ ਬਿਨਾ ਨਹੀਂ ਸਾਡਾ ਗੁਜ਼ਾਰਾ ਹੋਣਾ ਗੱਲ ਨਹੀਂ ਕਿਉਂਕਿ ਕਾਂਗਰਸ ਦੇ ਵਿੱਚ ਕੋਈ ਵੀ ਲੀਡਰ ਪੰਜਾਬ ਦਾ ਜਾਂ ਦੇਸ਼ ਦਾ ਆਪਣੇ ਪੱਧਰ ਤੇ ਵੱਡਾ ਕਦਮ ਹਾਸਲ ਹੀ ਨਹੀਂ ਕਰ ਸਕਿਆ ਫਿਰ ਕਾਂਗਰਸ ਕੋਈ ਬਹੁਤ ਜ਼ਿਆਦਾ ਸੰਗਠਿਤ ਸੰਗਠਨ ਨਹੀਂ ਹੈ ਭਾਰਤੀ ਜਨਤਾ ਪਾਰਟੀ ਇੱਕ ਸੰਗਠਿਤ ਸੰਗਠਨ ਹੈ ਵਿਰੋਧ ਹੋ ਸਕਦਾ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਰਜ ਸ਼ੈਲੀ ਨਾਲ ਉਹਨਾਂ ਦੀ ਸੋਚ ਨਾਲ ਜਾਂ ਉਹਨਾਂ ਦੇ ਦੇਸ਼ ਪ੍ਰੇਮ ਦੇ ਤਰੀਕੇ ਤੇ ਸਵਾਲ ਖੜੇ ਕਰ ਸਕਦੇ ਨੇ ਕਈ ਲੋਕ ਇਹ ਸੰਪਰਦਾਇਕ ਨੇ ਪਰ ਕਾਂਗਰਸ ਕੋਲੇ ਤਾਂ ਸੰਗਠਨ ਹੀ ਨਹੀਂ ਬਚਿਆ ਹੁਣ ਸੰਗਠਨ ਦੀ ਤਾਕਤ ਹੀ ਹੈ ਨਹੀਂ ਅਨਸ਼ਾਸਨੀ ਨਹੀਂ ਕਾਂਗਰਸ ਤਾਂ ਦੇਖਦਾ ਹੁਣ ਇਹਦੇ ਲਈ ਤਾਂ ਕਾਂਗਰਸ ਆਪ ਹੀ ਜ਼ਿੰਮੇਵਾਰ ਹੈ ਨਾ ਜੀ ਬਸਾਂ 'ਚ ਵੀ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਉਹ ਕਾਂਗਰਸ ਦੇ ਦਫ਼ਤਰ 'ਚ ਵੀ ਲਿਖ ਕੇ ਲਾਇਆ ਜਾਣਾ ਚਾਹੀਦਾ ਤਾਂ ਕਿ ਕਾਂਗਰਸ ਨੂੰ ਥੋੜਾ ਸਮਝ ਆਵੇ ਮੁਲਕ ਦੀ ਆਜ਼ਾਦੀ 'ਚ ਐਡਾ ਵੱਡਾ ਯੋਗਦਾਨ ਪਾਉਣ ਵਾਲੀ ਪਾਰਟੀ ਦੇਸ਼ ਦੀ ਪਾਰਲੀਮੈਂਟ 'ਚ 50 ਸੀਟਾਂ ਤੋਂ ਘੱਟ ਦਾ ਯੋਗਦਾਨ ਪਾ ਰਹੀ ਹੈ। ਸੂਬੇ ਕਿੰਨੇ ਘੱਟ ਰਹਿ ਗਏ ਕਾਂਗਰਸ ਕੋਲੇ? ਤੇ ਕਾਂਗਰਸ ਦੇ ਵੱਡੇ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਜਿਹੜੀ ਗੱਲ ਕਹਿੰਦੇ ਨੇ ਸੂਬਿਆਂ ਦੇ ਮੁੱਖ ਮੰਤਰੀ ਮੰਨਦੇ ਨਹੀਂ। ਰਾਹੁਲ ਗਾਂਧੀ ਕਹਿੰਦਾ ਮੋਦੀ ਸਾਹਿਬ ਅੱਗੇ ਰੋਜ਼ ਟਵੀਟ ਕਰ ਦਿੰਦਾ ਵੀ ਮੁਲਕ 'ਚ ਮੁਕੰਮਲ ਲਾਕਡਾਊਨ ਹੋਣਾ ਚਾਹੀਦਾ। ਲੈ ਰਾਹੁਲ ਗਾਂਧੀ ਦੀਆਂ ਆਪਣੀਆਂ ਸਰਕਾਰਾਂ ਉਹਦੀ ਗੱਲ ਮੰਨਦੀ ਨਹੀਂ। ਪੰਜਾਬ ਚ ਕੈਪਟਨ ਸਾਹਿਬ ਕਹਿੰਦੇ ਮੁਕੰਮਲ ਲਾਕਡਾਊਨ ਨਹੀਂ ਹੋਣਾ ਚਾਹੀਦਾ ਹਾਲਾਂਕਿ ਮੈਂ ਵੀ ਇਸ ਹੱਕ ਚਾਂ ਕਿ ਲਾਕਡਾਊਨ ਨਹੀਂ ਹੋਣਾ ਚਾਹੀਦਾ ਸਰਕਾਰ ਹੋਰ ਢੰਗ ਤਰੀਕੇ ਇੰਤਜ਼ਾਮ ਸਮਾਂ ਰਹਿੰਦੇ ਵਰਤੇ ਜਦੋਂ ਸਰਕਾਰਾਂ ਤੋਂ ਆਪ ਸਰਕਾਰਾਂ ਦੇਖੋ ਬੇਧਿਆਨੀਆਂ ਰਹੀਆਂ ਸਰਕਾਰਾਂ ਰੈਲੀਆਂ ਚ ਰੁੱਝੀਆਂ ਰਹੀਆਂ ਅਗਰ ਉਦੋਂ ਸਰਕਾਰਾਂ ਸਰਗਰਮ ਹੁੰਦੀਆਂ ਸਾਰੀਆਂ ਤੇ ਅੱਜ ਲਾਕਡਾਊਨ ਦੀ ਲੋੜ ਹੀ ਨਹੀਂ ਸੀ ਹੁਣ ਜਦੋਂ ਸਰਕਾਰਾਂ ਫੇਲ ਹੋ ਗਈਆਂ ਤੇ ਲੋਕਾਂ ਨੂੰ ਕਹਿੰਦੇ ਘਰਾਂ ਚ ਬੰਦ ਕਰ ਦਿਓ ਤਾਂ ਕਿ ਬਿਮਾਰੀ ਤੋਂ ਬਚਾਇਆ ਜਾ ਸਕੇ हां ਸਰਕਾਰਾਂ ਨੇ ਜ਼ੋਰ ਲਾਇਆ ਹੁੰਦਾ ਪੂਰਾ ਤਨਮਨ ਧਨ ਦੇ ਨਾਲ ਸਰਕਾਰ ਲੱਗੀ ਹੁੰਦੀ ਫਿਰ ਨਾ ਮੁੱਕਦਾ ਕੋਵਿਡ ਤਾਂ ਫਿਰ ਲੋਕਾਂ ਨੇ ਆਪ ਆਵਾਜ਼ਾਂ ਮਾਰਨੀਆਂ ਸੀ ਵੀ ਲਾਕਡਾਊਨ ਲਾਓ ਜੀ ਆਪਾਂ ਸਾਰਾ ਹਿੱਲਾ ਵਰਤ ਲਿਆ ਤੁਰੰਤ ਲਾਕਡਾਊਨ ਲਾਓ ਆਪਾਂ ਸਾਰੇ ਘਰਾਂ ਚ ਰਹੀਏ ਸਰਕਾਰਾਂ ਦੀ ਤਨਖਾਹ ਨਹੀਂ ਕਟਣੀ ਲੋਕਾਂ ਦੀਆਂ ਤਨਖਾਹਾਂ ਨਹੀਂ ਮਿਲਣੀਆਂ ਸਰਕਾਰਾਂ ਕੋਲੇ ਸਾਰੀਆਂ ਸਹੂਲਤਾਂ ਨੇ ਆਣ ਗਆਂ ਦੀਆਂ ਲੋਕਾਂ ਨੂੰ ਕਿਸੇ ਨੇ ਬਸਤੇ ਨਹੀਂ ਚੜਾਉਣਾ ਆ ਜਿਹੜੇ ਹੁਣ ਜਾਂਦੇ ਨੇ ਸਾਡੇ ਪ੍ਰਵਾਸੀ ਹੈ ਤਾਂ ਇਸੇ ਮੁਲਕ ਦੇ ਉਹਨਾਂ ਦਾ ਉਨ ਨਾ ਪਾਤਾ ਲੋਕਾਂ ਨੇ ਪ੍ਰਵਾਸੀ ਆਪਣੀ ਵਾਸੀ ਆ ਮੁਲਕ ਦੇ ਆ ਦੂਜੇ ਤੂਬਿਆਂ ਦੇ ਭਰਾ ਹੁਣ ਤੁਸੀਂ ਦੇਖੋ ਸਾਈਕਲਾਂ ਤੇ ਜਾਣਾ ਪੈਂਦਾ ਤੁਰ ਕੇ ਜਾਣਾ ਪੈਂਦਾ ਰੇਲ ਗੱਡੀਆਂ ਬੰਦ ਹੋਈ ਜਾਂਦੀਆਂ ਨੇ ਬੱਸਾਂ ਬੰਦ ਹੋਈ ਜਾਂਦੀਆਂ ਨੇ ਮੁਲਕ 'ਚ ਸੋ ਸਰਕਾਰਾਂ ਦੀ ਕਮਜ਼ੋਰੀ ਰਹੀ ਹੈ ਤਾਂ ਸ਼ੁਕਰ ਹੈ ਰੱਬ ਦਾ ਕਿ ਸਾਡੀਆਂ ਅਦਾਲਤਾਂ 'ਚ ਹਜੇ ਤਾਕਤ ਹੈ ਅਦਾਲਤਾਂ ਨੇ ਆਕਸੀਜਨਲੀ ਟਾਸਕ ਫੋਰਸ ਬਣਾਈ ਮਾੜੀ ਮੋਟੀ ਕੇਂਦਰ ਨੂੰ ਝਾੜ ਪਾਈ ਇਲੈਕਸ਼ਨ ਕਮਿਸ਼ਨ ਨੂੰ ਝਾੜ ਪਾਈ ਜਿਹਦੇ ਨਾਲ ਸਥਿਤੀਆਂ ਕੰਟਰੋਲ 'ਚ ਨੇ ਜੇ ਸਾਡੇ ਮੁਲਕ 'ਚ ਦੇਖੋ ਚਾਰ ਥੰਮ ਨੇ ਨਾ ਪੱਤਰਕਾਰ ਨੇ ਉਹ ਵੀ ਚੰਗੀ ਭੂਮਿਕਾ ਦਾ ਕਰ ਰਹੇ ਨੇ ਕਈ ਹਮਾਇਤੀ ਪੱਤਰਕਾਰ ਵੀ ਹੁੰਦੇ ਆ ਪਰ ਭੂਮਿਕਾ ਚਲੋ ਉਹਨਾਂ ਦੀ ਵੀ ਠੀਕ ਹੈ ਮਹਾਮਾਰੀ ਚ ਠੀਕ ਹੈ ਜਿਹੜਾ ਬੰਦਾ ਚੜਾਈ ਕਰ ਗਿਆ ਉਹਨੂੰ ਇਹ ਤਾਂ ਨਹੀਂ ਕਹਿ ਸਕਦੇ ਨਾ ਵੀ ਇਹ ਜਿਉਂਦਾ ਇਹ ਵੀ ਸਾਡੇ ਉਸ ਮੀਡੀਆ ਦਾ ਧੰਨਵਾਦ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੁਲਕ ਚ ਕੋਵਿਡ ਕਾਂਗਰਸ ਕਰਕੇ ਆ ਗਿਆ ਕੁਝ ਸੱਤਾਧਾਰੀ ਬਿਆਨ ਹੀ ਦੇ ਦਿੰਦਾ ਨਹੀਂ ਤਾਂ ਹਰ ਚੀਜ਼ ਲਈ ਮੁਲਕ ਚ ਸ਼ੁਕਰ ਹੈ ਵੀ ਇਹ ਨਹੀਂ ਕਹਤਾ ਕਿ ਕੋਵਿਡ ਆਉਣਾ ਨਹਿਰੂ ਦੀ ਗਲਤੀ ਹੈ ਇਹਦੇ ਇਲਜ਼ਾਮ ਵੀ ਲੱਗਦੇ ਸਾਡੇ ਮੁਲਕ ਚ ਵੀ ਇਹ ਨਹੀਂ ਕਹਤਾ ਵੀ ਭਾਈ ਜਵਾਹਰ ਲਾਲ ਨਹਿਰੂ ਦੀਆਂ ਗਲਤੀਆਂ ਕਰਕੇ ਕੋਵਿਡ ਫੈਲ ਗਿਆ ਕਿਉਂਕਿ ਸਿਆਸਤ ਦਾ ਪੱਧਰ ਡਿੱਗ ਗਿਆ ਸਾਡੇ ਮੁਲਕ ਚ ਸੋ ਸਿਆਸਤ ਦਾ ਪੱਧਰ ਜਦੋਂ ਸਾਡੇ ਮੁਲਕ ਚ ਡਿੱਗ ਗਿਆ ਉਹਦਾ ਕਾਰਨ ਹੈ ਵੀ ਸਾਡੇ ਲੀਡਰ ਸਿਆਸਤ ਚ ਰੁੱਝੇ ਰਹਿੰਦੇ ਨੇ ਕਦੇ ਆਪਣੇ ਘਰੋਂ ਠੀਕ ਨੇ ਉਹ ਆਪਣੇ ਘਰ ਉਹਨਾਂ ਦੇ ਸਾਰੇ ਇੰਤਜ਼ਾਮ ਰਹਿੰਦੇ ਵੀ ਕਿਤੇ ਛੱਤ ਨਾ ਚੋਜੇ ਨਾਲ ਹੀ ਮਿਸਤਰੀ ਲਾ ਦਿੰਦੇ ਲੋਕਾਂ ਦੀਆਂ ਛੱਤਾਂ ਉੱਡੀਆਂ ਪਈਆਂ ਤੋ ਇਸ ਕਰਕੇ ਜਿਹੜਾ ਥੋੜਾ ਸਵਾਲ ਹੈ ਸੋ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਾਂਗਰਸ ਤੇ ਦੇਖੋ ਮੁਲਕ ਦਾ ਵਿਰੋਧੀ ਧਿਰ ਮਜ਼ਬੂਤ ਹੋਣਾ ਬੜਾ ਚੰਗਾ ਹੈ ਅਗਰ ਕਾਂਗਰਸ 150 200 ਸੀਟਾਂ ਤੇ ਹੁੰਦੀ ਇੱਕ ਪਾਸੇ ਭਾਜਪਾ ਸਾਡੀ ਸੱਤਾ 'ਚ ਹੈ ਅਗਰ ਕਾਂਗਰਸ ਕੋਲੇ ਵੀ 150 200 ਸੀਟਾਂ ਹੁੰਦੀਆਂ ਮਜ਼ਬੂਤ ਵਿਰੋਧੀ ਧਿਰ ਹੁੰਦਾ ਤੇ ਫੇਰ ਜਿਹੜਾ ਲੋਕਤੰਤਰ ਹੈ ਨਾ ਜੀ ਉਹ ਬਰਾਬਰੀ ਤੇ ਚੱਲਦਾ ਹੁਣ ਇੱਕ ਇੱਕ ਪੈਡਲ ਨਾਲ ਤਾਂ ਸਾਈਕਲ ਵੀ ਨਹੀਂ ਚੱਲਦਾ ਹਾਂਜੀ ਸਕੂਟਰ ਵੀ ਚਲਾਉਣਾ ਹੁੰਦਾ ਦੋਨੋਂ ਪਾਸੇ ਹੱਥ ਲਾਉਣੇ ਪੈਂਦੇ ਸੋ ਸਟੀering ਵੀ ਤੁਸੀਂ ਦੋਨੇ ਹੱਥਾਂ ਨਾਲ ਚਲਾਉਨੇ ਹੋ ਜੇ ਇੱਕ ਹੱਥ ਨਾ ਹੋਵੇ ਕਿੱਡਾ ਔਖਾ ਹੈ ਉਹ ਰੱਬ ਦੀ ਕੁਦਰਤ ਹੀ ਹੁੰਦੀ ਤਾਕਤ ਹੀ ਹੁੰਦੀ ਕੋਈ ਵਿਅਕਤੀ ਚਲਾ ਲੈਂਦਾ ਕਾਰ ਉਹਦੇ ਨਾਲ ਸਧਾਰਨ ਹਾਲਾਤਾਂ 'ਚ ਨਹੀਂ ਚੱਲਦਾ ਉਸੇ ਤਰ੍ਹਾਂ ਸਰਕਾਰਾਂ ਨੇ ਸੋ ਹੁਣ ਕਾਂਗਰਸ ਪਹਿਲਾਂ ਪ੍ਰਧਾਨਗੀ ਦਾ ਮਸਲਾ ਹੀ ਨਹੀਂ ਨਿਬੜਦਾ ਹੁਣ ਪਤਾ ਨਹੀਂ ਕਦੋਂ ਚੋਣਾਂ ਕਰਾਉਣਗੇ ਕਦੋਂ ਨਹੀਂ ਕਦੋਂ ਪ੍ਰਧਾਨ ਪੱਕਾ ਮਿਲੂ ਅਜੇ ਤਾਂ ਟੈਂਪਰੇਰੀ ਪ੍ਰਧਾਨ ਹੈ ਸੋਨੀਆ ਗਾਂਧੀ ਬੀਬੀ ਉਹ ਆਪ ਪ੍ਰਧਾਨਗੀ ਕਰਨ ਨੂੰ ਤਿਆਰ ਨਹੀਂ ਇਹਨਾਂ ਕੋਲੇ ਪ੍ਰਧਾਨ ਕੋਈ ਨਹੀਂ ਲੱਭਦਾ ਕਾਂਗਰਸਰ ਕੋਲੇ ਉਹਦੇ ਕਰਕੇ ਵੀ ਮੁਲਕ ਦਾ ਦੇਖੋ ਮੁਲਕ ਦੀ ਇੱਕ ਵੱਡੀ ਕੌਮੀ ਪਾਰਟੀ ਦਾ ਸਿਆਸੀ ਤੌਰ ਤੇ ਕਮਜ਼ੋਰ ਹੋ ਜਾਣਾ ਇੰਨਾ ਜ਼ਿਆਦਾ ਕਮਜ਼ੋਰ ਹੋ ਜਾਣਾ ਕਿ ਉਹ ਆਪਣੇ ਪੈਰਾਂ ਤੇ ਬੈਣ ਜੋਗੀ ਨਹੀਂ ਇਹਦੇ ਨਾਲ ਮੁਲਕ ਦੇ ਵਿੱਚ ਸਿਆਸੀ ਸੰਤੁਲਨ ਡੈਮੋਕ੍ਰੈਟਿਕ ਸੰਤੁਲਨ ਖਰਾਬ ਹੋਇਆ ਇੱਕ ਲੋਕਤੰਤਰ ਦਾ ਸੰਤੁਲਨ ਹਿੱਲਿਆ ਤਾਂ ਹੀ ਤਾਂ ਲੋਕ ਹੁਣ ਮਮਤਾ ਬਨਰਜੀ ਵਾਲੇ ਪਾਸੇ ਦੇਖ ਰਹੇ ਨੇ ਵੀ 24 ਚ ਮਮਤਾ ਬਨਰਜੀ ਟਾਕਰਾ ਦਊਗਾ ਸੋ ਸੱਤਾ ਦਾ ਸੰਤੁਲਨ ਬਹੁਤ ਜ਼ਰੂਰੀ ਹੈ ਕਿਸੇ ਵੀ ਮੁਲਕ ਚ ਕਿ ਉਹਦੇ ਨਾਲ ਸਦਾ ਹੁੰਦਾ ਹੈ ਬਿਲਕੁਲ ਸੋ ਇਹ ਮਸਲੇ ਵੀ ਜਿਹੜੇ ਹੱਲ ਹੋਣੇ ਚਾਹੀਦੇ ਨੇ ਲਗਾਤਾਰ ਮੈਨੂੰ ਲੱਗਦਾ ਕਿ ਜਦੋਂ ਦਾ ਨਵਜੋਤ ਸਿੰਘ ਸਿੱਧੂ ਟਵੀਟ ਕਰ ਰਹੇ ਨੇ ਤਕਰੀਬਨ ਇਹ ਚਾਰ ਕੈਬਨਿਟ ਮੰਤਰੀ ਹੀ ਹੁਣ ਤੱਕ ਸਾਹਮਣੇ ਆਏ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਸੋ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਾਂਗਰਸ ਦੇ ਅੰਦਰ ਗੁੱਟਬੰਦੀ ਹੋਣ ਲੱਗੀ ਹੈ ਇਹਦਾ ਨਤੀਜਾ ਕੀ ਨਿਕਲਦਾ ਦਲਾ ਸਭ ਜਾਂਦੇ ਜਾਂਦੇ ਜਿਹੜੇ ਕਰੋਨਾ ਮਹਾਮਾਰੀ ਦੇ ਅੰਕੜੇ ਪੰਜਾਬ ਦੇ ਵਿੱਚੋਂ ਪਿਤੀ ਰਾਤ ਦੇ ਨੇ ਉਹ ਮੈਂ ਕਹਣਾ ਜ਼ਰੂਰ ਦੇਖੋ ਬੀਤੇ 24 ਘੰਟਿਆਂ ਦੇ ਦੌਰਾਨ ਵੀ ਪੰਜਾਬ 'ਚ ਸਥਿਤੀਆਂ ਚਿੰਤਾਜਨਕ ਨੇ 198 ਲੋਕ ਦੁਨੀਆ ਤੋਂ ਚਲੇ ਗਏ ਬੀਤੇ 24 ਘੰਟਿਆਂ 'ਚ ਇਹ ਹੁਣ ਤੱਕ ਦਾ ਪੰਜਾਬ ਦੇ ਇਤਿਹਾਸ 'ਚ ਕੋਵਿਡ ਕਰਕੇ ਸਭ ਤੋਂ ਵੱਡਾ ਅੰਕੜਾ ਹੈ ਇੱਕ ਦਿਨ 'ਚ 198 ਔਰ 8625 ਨਵੇਂ ਮਰੀਜ਼ ਨੇ ਜਿਹੜੇ ਉਹ ਲੱਭੇ ਨੇ ਔਰ ਸਥਿਤੀਆਂ ਸੱਤ ਨੂੰ ਚਿੰਤਾਜਨਕ ਨੇ ਔਰ ਸਰਕਾਰ ਨੂੰ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਔਰ ਕੇਂਦਰ ਸਰਕਾਰ ਨੂੰ ਵੀ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਵੀ ਇਸ ਵਕਤ ਤੁਰੰਤ ਪੰਜਾਬ ਨੂੰ ਵਾਧੂ ਆਕਸੀਜਨ ਦਵੇ 300 ਮੀਟ੍ਰਿਕ ਟਨ ਦੀ ਮੰਗ ਹੈ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਦੇ ਵਿੱਚ ਵੀ ਵੈਕਸੀਨ ਦੇ ਲਈ ਜ਼ਰੂਰੀ ਟੀਕੇ ਉਪਲਬਧ ਕਰਾਏ ਜਾਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਰਜਿਸਟ੍ਰੇਸ਼ਨ ਕਰਾਈ ਆ ਟੀਕੇ ਲਈ ਉਹਨਾਂ ਨੇ ਉਹ ਟੀਕਾ ਨਹੀਂ ਉਹਨਾਂ ਨੂੰ ਮਿਲ ਪਾਰਿਆ ਬਹੁਤ ਸਾਰੇ ਲੋਕ ਨੇ ਜਿਹੜੇ ਟੀਕਾ ਲਗਾਉਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਟੀਕੇ ਲੱਗਣ ਕਿਉਂਕਿ ਅਗਰ ਸਮੇਂ ਸਿਰ ਟੀਕੇ ਲੱਗਣਗੇ ਵੈਕਸੀਨੇਸ਼ਨ ਹੋਏਗੀ ਤਾਂ ਹੀ ਅਸੀਂ ਭਵਿੱਖ ਦੇ ਵਿੱਚ ਜ਼ਿੰਦਗੀਆਂ ਬਚਾ ਸਕਾਂਗੇ ਔਰ ਮੈਂ ਅਖੀਰ ਚ ਫੇਰ ਕਹੂੰਗਾ ਕਿਸਾਨ ਅੰਦੋਲਨ ਹੈ ਜਿਹੜਾ ਸਾਡਾ ਸਾਰਾ ਉਹਨਾਂ ਨੂੰ ਸਾਰਿਆਂ ਨੂੰ ਟੀਕੇ ਲਾਏ ਜਾਣੇ ਚਾਹੀਦੇ ਨੇ ਵੈਕਸੀਨੇਸ਼ਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਵੀ ਸਾਡਾ ਸਮਾਜ ਸਾਡਾ ਹੀ ਹਿੱਸਾ ਹੈ ਇਹ ਨਾ ਸੋਚੀਏ ਵੀ ਉਹ ਅੰਦੋਲਨਕਾਰੀ ਹੈ ਤੇ ਉਹਨਾਂ ਨੂੰ ਅਸੀਂ ਭੇਦ ਭਾਵ ਕਰੀਏ ਸੋ ਜ਼ਰੂਰ ਉੱਥੇ ਸਰਕਾਰ ਨੂੰ ਪਹਿਲ ਕਰਕੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮੈਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਮੀਟਿੰਗ ਹੀ ਕਰਨੀ ਹੋਣੀ ਚਾਹੀਦੀ ਹੈ ਵੀ ਕਿਸਾਨਾਂ ਦਾ ਟੀਕਾਕਰਨ ਕਿਵੇਂ ਕੀਤਾ ਜਾਵੇ ਉੱਥੇ ਸਾਰਿਆਂ ਦਾ ਬਿਲਕੁਲ ਸੋ ਇਹ ਵੀ ਜ਼ਰੂਰੀ ਹੈ ਕਿ ਉੱਥੋਂ ਵੀ ਜਿਹੜੀ ਧਿਆਨ ਰੱਖਿਆ ਜਾਵੇ ਕਿਉਂਕਿ ਉਹ ਵੀ ਹੁਣ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਉਹ ਵੀ ਇੱਕ ਪਿੰਡ ਆ ਜਿੱਥੇ ਕਿਸਾਨ ਰਹ ਰਹੇ ਨੇ ਸੋ ਇਸ ਕਰਕੇ ਉਸ ਨੂੰ ਵੀ ਉਸ ਨਜ਼ਰੀਏ ਨਾਲ ਵੇਖਦੇ ਉੱਥੇ ਜਿਹੜੀ ਟੀਕਾ ਕਰਨ ਦੀ ਮੁਹਿੰਮ ਜਿਹੜੀ ਹੋਣੀ ਚਾਹੀਦੀ ਆ ਸੋ ਇਹ ਵੀ ਆਸੋ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਜ਼ਰੂਰ ਛੇਤੀ ਤੋਂ ਛੇਤੀ ਹੱਲ ਹੋ ਜਾਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਵਧੇਗਾ ਸੋ ਉਸ ਦੇ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਸਿਹਤ ਜਿਹੜੀ ਉਹ ਖਰਾਬ ਹੋ ਸਕਦੀ ਆ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਇੱਧਰ ਵੀ ਧਿਆਨ ਜ਼ਰੂਰ ਦੇਣ ਕਿੰਡਾ ਲੱਭ